ਸਾਡੇ ਵਾਲੇ ਕੀਤਾ ਸੀ ਇਹਦਾ, ਐਸਾ ਝੂਠ ਬੋਲਦੇ ਨੇ ਪੈਰ ਜੋੜ ਕੇ, ਤੇ ਜਿਸ ਵੇਲੇ ਹਵਾਲਾ ਮੰਗੋ ਤੇ ਫਿਰ ਵੜ ਜਾਂਦੇ ਨੇ ਜਿੱਥੋਂ ਨਿਕਲੇ ਦੂਜੇ ਲਫ਼ਜ਼ਾਂ 'ਚ, ਮਿਰਜ਼ਾ ਸਾਹਿਬ ਦੇ ਲਫ਼ਜ਼ਾਂ 'ਚ। ਨਹੀਂ 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 ਇੰਝ ਨਹੀਂ, ਉਹ ਮਿਰਜ਼ਾ ਸਾਹਿਬ ਨੇ ਲਿਖਾ ਤਾ ਵਹੀਂ ਦਾਖਲ ਹੋ ਜਾਤੇ ਹੈ, ਥੋੜਾ ਦਾਖਲ ਦਾ ਲਫ਼ਜ਼ ਉਸ ਨੂੰ ਵਹੀਂ ਦਾਖਲ ਹੋ ਜਾਤੇ ਹੈ। ਸਾਹਿਬ ਨਾ ਕੋ ਜੀ, ਸਾਹਿਬ ਨਾ ਕੋ ਮਿਰਜ਼ੇ ਹੈ, ਮਿਰਜ਼ਾ ਬੈਂਡ ਚੋਹ ਦੇ ਕੁੱਤੇ ਉੱਤੇ ਹੂੰ, ਸਾਹਿਬ ਨਾ ਕੋ। ਹੈਲੋ, ਤੁਹਾਡੇ ਵਾਸਤੇ ਮੈਂ ਬਰਾੜ ਦੱਸਣਾ, ਨਾਸਰ ਸਾਹਿਬ, ਨਸੀਰ ਸਾਹਿਬ, ਇਹ ਨਾਸਰ ਬਰਾੜ ਲੱਗੀ ਉੱਤੇ ਤੁਹਾਡਾ ਜਿਹੜਾ ਨਾ ਪਸੰਦੀਦਾ ਜਿਹੜਾ ਗੁਫ਼ਤਗੂ ਦਾ ਅੰਦਾਜ਼ ਉੱਤੇ ਚੱਲ ਜਾਏਗਾ। ਇੱਥੇ ਨਹੀਂ ਜੇ ਅਸੀਂ ਇਹੋ ਜਿਹੀ ਗੱਲ ਕਰਨ ਦਿੰਦੇ, ਨਾਰਾਜ਼ ਨਾ ਹੋ। ਐ ਵੇਖ ਲਓ, ਥੱਲੇ ਮਰਜ਼ਾਈ ਭਾਵੇਂ ਖੁਸ਼ ਹੋਣ ਭਾਵੇਂ ਨਾਰਾਜ਼ ਹੋਣ, ਗਾਲ ਨਹੀਂ ਜੇ ਅਸੀਂ ਕੱਢਣ ਦਿੰਦੇ ਆਪਣੀ ਬਰਾੜ। ਇਹ ਅਮਰ ਭਾਈ, ਤੁਸੀਂ ਮੇਰੀ ਤਸਵੀਰ ਤੇ ਕਿਉਂ ਲਿਖ ਦਿੱਤਾ 600 ਯੂਰੋ ਕੇ ਨਾ ਦੇਣ ਨਾ ਦੇਣ ਦਾ? ਕਿਉਂਕਿ ਤੁਸੀਂ ਵੀ ਸੁਭਾ ਰਹੇ ਹੋ, ਹੋਰ ਕਿਉਂ? ਕੜਾਈ ਮੈਂ ਤੇ ਆ ਰਿਹਾ, ਕੜਾਈ ਦੇ ਜਿਹੜੇ ਪੈਸੇ 50 ਯੂਰੋ ਲੱਗਦੇ ਉਹ ਮੇਰੇ ਲੈ ਲਓ ਯਾਰ। ਨਹੀਂ, 50 ਯੂਰੋ ਮੈਂ ਤੁਹਾਡੇ ਕੋਲ ਉੱਥੇ ਆ ਕੇ ਖਾਵਾਂਗਾ ਕੜਾਈ, ਮੈਂ ਯੂਰੋ ਕਿਉਂ ਲਵਾਂ? ਨਹੀਂ ਯਾਰ, ਕੜਾਈ ਖਾ ਲਓ ਮੇਰੇ ਕੋਲੋਂ, ਕੋਈ ਮਸਲਾ ਨਹੀਂ, ਪਰ ਤੁਸੀਂ ਮੇਰੇ ਨਾਂ ਤੋਂ ਘਟਾਓ ਨਾ ਇਹ ਬੰਦੇ। ਤੁਸੀਂ ਉੱਥੇ 50 ਯੂਰੋ ਦੀ, 50 ਯੂਰੋ ਦੀ ਉੱਥੋਂ ਕੜਾਈ ਖਾਣੀ ਆ, ਇੱਥੇ ਆ, ਇੱਥੇ ਪਾਕਿਸਤਾਨ ਆਓ, ਤੁਹਾਨੂੰ 2-3 ਯੂਰੋਆਂ ਦੀਆਂ 2-3 ਕੜਾਈਆਂ ਖਵਾ ਦੇਣ। ਨਹੀਂ, ਤੁਹਾਡੇ ਕੋਲ ਤਾਂ ਅਸੀਂ ਉਹ ਮੁਰਗੇ ਨਾ ਜਿਹੜੇ ਆਵਾਜ਼ਾਂ ਆਣੀਆਂ ਹੋਈਆਂ ਪਿੱਛੇ, ਉਹ ਖਾਣੇ ਨਾ। ਉਹਨਾਂ ਨੇ ਕੜਾਈਆਂ ਦੇਸੀ ਨੇ ਨਾ ਜੀ, ਦੇਸੀ ਨੇ ਨਾ। ਹਾਂ, ਦੇਸੀ ਦੇਸੀ ਬਿਲਕੁਲ। ਇਹਨਾਂ ਨੇ ਕੜਾਈਆਂ ਕਮਰ ਤੇ ਨਹੀਂ ਖਾਣੀਆਂ, 2 ਯੂਰੋ ਦੀ ਕੜਾਈ ਕਮਰ ਤੇ ਪੈਂਦੀ ਸਿਰਫ। ਕਰ ਲੈਣਾ ਤੁਹਾਡੇ ਨਾਲ ਗੱਲ ਸੇਲ ਨਾ ਅਸਰ ਆ ਗਿਆ, ਮੈਂ ਤੇਰਾ 5 ਮਿੰਟ ਦੀ ਬ੍ਰੇਕ ਲੈਣੀ ਹੈ, ਸਮਝਾ ਲੈਂਦਾ ਤੁਹਾਨੂੰ। ਲਓ ਜੀ ਜ਼ਿਆ ਭਾਈ ਆ ਗਿਆ ਸੋਇਲ ਨਾ ਸਰ। ਇਹਦੇ ਨਾਲ ਕੀ ਗੱਲ ਕਰਨੀ, ਇਹ ਦੋਜ਼ਖ ਦਾ ਦੁੰਬਾ, ਇਹਦੇ ਨਾਲ ਕੀ ਗੱਲ ਕਰਨੀ, ਇਹਦੀ ਨਾ ਅਕਲ ਵਿਚਾਰੇ ਦੀ ਨਾ ਮੱਤ ਹੈਗਾ, ਇਹ ਤੇ ਇਹਨਾਂ ਚ ਮਸਕੀਨ ਜਿਹਾ ਮਰਜ਼ਈ ਹੈ। ਅਸਲਾਮ ਅਲੈਕਮ। ਇਹ ਤੇ ਧੱਕੇ ਨਾਲ ਹੀ ਇਹ ਧੱਕੇ ਨਾਲ ਹੀ ਇਹ ਦੋਜ਼ਖ ਦਾ ਇੰਧਨ ਬਣਿਆ ਹੋਇਆ ਵਾ, ਇਹਨੂੰ ਨਾ ਅਕਲ ਨਾ ਮੱਤ ਨਾ ਚੱਜ ਨਾ ਤੇ ਖਤਮੇ ਨਬੂਤ ਦੇ ਮਜਾ ਦੋ। ਉੱਥੇ ਜਾ ਕੇ ਜੀ ਬਰਾੜ ਤੇ ਮਾਰ ਲੋ ਮਰਜ਼ਈਆਂ, ਪੈਸੇ ਨਹੀਂ ਜੀ ਦੇਣੇ। ਆਪਣੀ ਬਰਾੜ ਤੇ ਜਾ ਕੇ ਕਹਿੰਦਾ ਕਿ ਜੇ ਹੁਣ ਕਿਸੇ ਬਰੇਲਵੀ ਨੇ ਇਸਲਾਮ ਦਾ ਨਾਂ ਲਿੱਤਾ, ਮੈਂ ਗਿੱਚੀ ਜੀ ਉਹਦੀ ਜ਼ੁਬਾਨ ਖਿੱਚ ਲਾਂਗਾ ਤੇ ਗਰਦਨ ਵੀ ਉਤਾਰ ਦਿਆਂਗਾ। ਮਲਕ ਸਾਹਿਬ ਜੋ ਮਰਜ਼ੀ ਜੇ ਕਰ ਲਓ, ਰੁਪਈਏ ਕੋ ਨਹੀਂ ਜੇ ਲਵਣੇ। ਲਓ ਜੀ, ਅੱਜ ਮੁਹੰਮਦ ਸੁਹੇਲ ਚੰਗੀ ਖਬਰ ਸੁਣਾਈ, ਸੂਰਾ ਨਿਸਾ ਦੀ ਮੇਰੇ ਨਾਲ ਸ਼ਰਤ ਲਾ ਲਓ ਇਸ ਗੱਲ ਦੇ ਉੱਤੇ, ਆਇਤ ਪੇਸ਼ ਕਰ ਦੇਵੇ, ਸੂਰਾ ਨਿਸਾ ਦੀ ਆਇਤ 57 ਪੇਸ਼ ਕਰ ਦੇਵੇ, ਜਿਹੜਾ ਇਹ ਉੱਥੇ ਬਹਿ ਕੇ ਕਹਿ ਰਿਹਾ ਸੀ ਕੁਰਾਨ ਤੋਂ ਇਹ ਨਸਦੇ ਨੇ, ਅਗਰ ਇਹ ਪੜ੍ਹ ਕੇ ਸੁਣਾ ਦੇ ਨਾ, ਇਹ ਜਿਹੜਾ ਅਕੀਦਾ ਕਹੇਗਾ ਮੈਂ ਬਣਾ ਲਾਂਗਾ। ਹੋਰ ਦੱਸ ਯਾਰ, ਲੇਕਿਨ ਪੜ੍ਹਨ ਹੀ ਜ਼ਿਆ ਰਸੂਲ ਦੇ ਸਾਹਮਣੇ ਹੈ, ਇਹ ਗੱਲ ਯਾਦ ਰੱਖੀ, ਲਫ਼ਜ਼ ਲਫ਼ਜ਼ ਦੇਰ ਜ਼ਬਰ ਸਹੀ ਪੜ੍ਹਨੀ ਹੈ। ਇਹ ਪੜ੍ਹ ਲਏਗਾ ਜੀ, ਲਓ ਰਾਜਾ ਜਵੇਦ ਸਾਹਿਬ ਤੁਹਾਨੂੰ ਕੜਾਈ ਮਾਫ਼ ਕਰ ਦਿਆਂਗਾ ਅਗਰ ਇਸਨੇ ਪੜ੍ਹ ਲਿੱਤੀ ਤੇ। ਇਹ 10 ਵਾਰੀ ਹੋਰ ਪੜ੍ਹ ਗਿਆ ਅੱਜ ਆਪਣੇ ਕਿਸੇ ਮਰੱਬੀ ਕੋਲੋਂ, ਤਾਂ ਵੀ ਨਹੀਂ ਪੜ੍ਹਨ ਲੱਗਾ। ਆਪਣੇ ਖਲੀਫੇ ਨੂੰ ਲੈ ਆਵੇ ਜੇ ਆਪ ਨਹੀਂ ਪੜ੍ਹ ਸਕਦੇ। ਇਹ ਸਵੇਰੇ ਆਇਆ ਪਾਣੀ ਉਡਾੜ ਤੇ ਭੱਜੀ ਦੀ ਬਰਾੜ ਦੇ ਆਦੇ, ਕਹਿੰਦਾ ਸਾਰੇ ਬਰੇਲਵੀਆਂ ਨੂੰ ਦਿਓ ਬੰਦੀਆਂ ਨੂੰ ਅਸਲਾਮ ਅਲੈਕਮ, ਤੇ ਮੈਂ ਕਿਹਾ ਜਿਹੜੇ ਲਾਹੌਰੀ ਤੇ ਜੰਬੇ ਵਾਲੇ ਨੇ ਉਹਨਾਂ ਨੂੰ ਕਿਉਂ ਨਹੀਂ ਸਲਾਮ ਕੀਤਾ? ਲਾਹੌਰੀ ਗਰੋਹ ਨੂੰ, ਕਾਦਿਆਨੀ ਨੂੰ, ਜੰਬਾ ਗਰੋਹ ਨੂੰ, ਸਾਰਿਆਂ ਨੂੰ ਸਲਾਮ ਕਰਨਾ ਡਰਾਮੇਬਾਜ਼। ਆਪਣੇ ਲਤੀਫੇ ਬਣਾ ਕੇ ਫਿਰਦੇ ਨੇ ਪਿਆ ਵੇਖੋ ਹੁਣ, ਹੁਣ ਡਾਕਟਰ ਅਹਿਮਦ ਜਿਦਾਦ ਵਾਗ ਤੇ ਲਾਉਂਦੇ ਨੇ, ਅੱਲਾਹ ਉਹਨਾਂ ਦੀ ਕਬਰ ਤੇ ਕਰੋੜਾਂ ਰਹਿਮਤਾਂ ਕਰੇ, ਹੁਣ ਉਹ ਪਿਆ ਨੇ ਪਕੜੋ ਇਨ ਦੋਨੋਂ ਕੋ, ਪਕੜੋ ਪਕੜੋ ਇਨ ਦੋਨੋਂ ਕੋ, ਇਹ ਬਗੋੜਿਆਂ ਨੂੰ ਪਕੜੋ।
ਨਿੱਕੀ ਜੀ ਦੁੰਬੀ ਹੈ ਦੋਜ਼ਖ ਦੀ ਯਾਰ, ਇਹਨੂੰ ਕੁਝ ਨਾ ਕਿਹਾ ਕਰੋ, ਮਸਕੀਨ ਬੰਦਾ ਹੈ, ਬਹੁਤ ਮਸਕੀਨ। ਮਲਕ ਸਾਹਿਬ, ਮਲਕ ਸਾਹਿਬ ਯਕੀਨ ਕਰੋ, ਇਹ ਰੁਪਈਏ ਲੱਭ ਜਾਣੇ ਹਨ। ਇਹ ਜਿਹੜਾ ਆਮਰ ਭਾਈ ਨੇ ਆਖਿਆ ਨਾ, ਜ਼ਿਆ ਭਾਈ ਜਿਹੜਾ ਮਦਰਸਾ ਪੇ ਬਣਾਉਂਦੇ ਨੇ ਖਤਮੇ ਨਬੂਤ ਵਾਲਿਆਂ ਵਾਸਤੇ, ਇਹ ਉੱਥੇ ਜਾਣੇ ਨੇ ਨਾ, ਆਖਿਆ ਲੈ ਭਾਈ ਆਪਣੇ ਪੈਰਾਂ 'ਤੇ ਆਪੀ ਘੁਆੜੀ ਮਾਰੀਏ, ਅਸਾਂ ਤਾਂ ਕੋਣੀ ਜੇ ਦੇਣੇ। ਤੁਹਾਡੀ 100% ਦਰੁਸਤ ਹੈ। ਆ ਇਹਨਾਂ ਦੇ 500 ਜੋੜ ਨਾਲੇ ਤਾਂ ਮਦਰਸਾ ਬਣ ਜਾ। ਨਹੀਂ ਨਹੀਂ ਜਿਆ ਭਾਈ, ਨਾਲੇ ਬੇਇੱਜ਼ਤੀ ਸਮਝੀ ਆਪਣੀ ਭਈ, ਸਾਡਿਆਂ ਸਾਡੀਆਂ ਸਿਰ ਤੇ ਸਾਡੀਆਂ ਹੀ ਜੁੱਤੀਆਂ, ਉਹ ਤੇ ਬੇਇੱਜ਼ਤੀ ਹੋ ਗਈ ਨਾ ਇਹਨਾਂ ਦੀ ਜੁੱਤੀਆਂ ਦੇ, ਇਹਨਾਂ ਦੇ ਸਿਰ 300 ਯੂਰੋ ਤੇ ਲੱਗਿਆ ਪਿਆ ਵਿੱਚ, ਉਹ ਤੇ ਹੋ ਗਈ ਨਾ, ਉਹ ਤਾਂ ਹੁਣ ਤਾਂ ਕਿਆਮਤ ਨਹੀਂ ਮੁੜ ਸਕਦੇ। ਆ ਉਹ ਨਹੀਂ ਮੁੜ ਸਕਦੇ। ਆ ਉਹ ਤੇ ਜਦੋਂ ਜਦੋਂ ਵੀ ਇਹ ਦਾਰੇ 'ਚ ਪੜਿਆ ਬੱਚਾ ਇਹਨਾਂ ਦੇ ਸਿਰ 'ਚ ਜੁੱਤੀਆਂ ਮਾਰੇਗਾ ਨਾ, ਤੇ ਉਹਨਾਂ ਨੂੰ ਅਸੀਂ ਨਾਲ ਨਾਲੇ ਸਾਰੀ ਹਿਸਟਰੀ ਦੱਸਾਂਗੇ ਬੱਚਿਆਂ ਨੂੰ ਦੱਸਾਂਗੇ, ਇਹ ਇਨਸ਼ਾਅੱਲਾ ਸਾਡੇ ਤੋਂ ਬਾਅਦ ਰਿਪੀਟ ਕਰਿਆ ਕਰਨਗੇ ਬਕਾਇਦਾ ਪੂਰੇ ਐਵੀਡੈਂਸ ਦੇ ਨਾਲ ਕਿ ਇਹ ਅਸੀਂ ਉਸ ਅਦਾਰੇ 'ਚ ਪੜ੍ਹੇ ਹਾਂ ਜਿਹਦੇ ਵਿੱਚ ਮਰਜ਼ਈਆਂ ਦਾ 300 ਯੂਰੋ ਲੱਗਿਆ ਹੋਇਆ ਸੀ, ਤੁਹਾਡੀਆਂ ਹੀ ਜੁੱਤੀਆਂ ਅਤੇ ਤੁਹਾਡੇ ਹਿੱਸੇ ਮਰਜ਼ਈਆ। ਕਰੋ ਕਰੋ ਇੰਨੀਆਂ ਗੱਲਾਂ ਬਿਲਕੁਲ ਨਹੀਂ ਲੱਭਣੇ ਕਹਾਣੀਆਂ ਵਿੱਚ, ਕਿ ਦੇਖੋ ਇਸ ਤਰ੍ਹਾਂ ਜ਼ਿਆ ਰਸੂਲ ਅਤੇ ਅਮਰ ਭਾਈ ਸਿੰਘ ਜਿਹੜੇ ਇਹਨਾਂ ਨੇ ਪੈਸੇ ਜਿੱਤੇ ਸਨ। ਯਾਰ ਬੜੇ ਮਜ਼ੇ ਦੀ ਗੱਲ ਹੋਈ, ਇੱਕ ਭਾਬੀ ਨੇ ਉਧਾਰ ਹੋ ਜੋ ਹਵਾਲੇ ਸੇ ਆਪਣੇ ਫਰਾਰ ਹੋ, ਜੱਟ ਮੁਰੱਬੀ ਕਾ ਵੀ ਜਬ ਇਕਰਾਰ ਹੋ, ਫਿਰ ਉਸ ਕਾ ਵੀ ਬਾਦਜ਼ ਇਨਕਾਰ ਹੋ, ਮੀਰ ਅਯਾਰ ਕੋ ਉਸਕੇ ਜੱਟ ਯਾਰ ਕੋ, ਮੀਰ ਅਯਾਰ ਕੋ ਉਸਕੇ ਜੱਟ ਯਾਰ ਕੋ, ਉਸ ਮੁਰਦਾਰ ਕੋ ਉਸ ਫਰਾਰ ਕੋ, ਹਮ ਨਹੀਂ ਛੋੜਤੇ ਹਮ ਨਹੀਂ ਛੋੜਤੇ। ਲਿਆ ਵੀ ਮਰਜ਼ਈਓ। ਹੋਰ 5-7 ਵਾਕਿਆ ਇੰਜ ਦੇ ਹੋ ਗਏ ਨਾ, ਮੈਨੂੰ ਲੱਗਦਾ ਜਮਾਤ ਨੂੰ ਇੱਕ ਨਵਾਂ ਚੰਦਾ ਕੱਢਣਾ ਪੈਣਾ ਵਾ, ਚੰਦਾ ਬਰਾਇ ਸੋਸ਼ਲ ਮੀਡੀਆ ਝੂਠ। ਅਤੇ ਸੋਸ਼ਲ ਮੀਡੀਆ ਜਿਹੜੇ ਸਾਡੇ ਵੱਲੋਂ ਵੀ ਝੂਠ ਮਾਰਦੇ ਨੇ ਉਹ ਫੜੇ ਜਾਂਦੇ ਨੇ, ਉਹਨਾਂ ਨੂੰ ਜੁਰਮਾਨਾ ਲੈਣਾ ਪੈਂਦਾ ਅਤੇ ਉਹਦਾ ਇੱਕ ਵੱਖਰਾ ਚੰਦਾ ਲੱਗੋ, ਸਾਰੀ ਜਮਾਤ ਡਿਵਾਈਡ ਕਰਕੇ ਦਿਆ ਕਰੇ ਥੋੜ੍ਹਾ। ਲਾਂਤੇ ਬਰਸ ਰਹੀ ਹੈ ਜਾ ਕੇ ਦੇਖੋ ਕਾਦੀਆਨ ਪੇ, ਝੂਠੇ ਮੁੱਦਈ ਆਦੇ ਉਧਰ ਫੜੇ ਹੈ। ਤੱਕ ਲਿਆ ਕਰੋ ਮੌਲਵੀਓ, ਫੀਸ ਸ਼ੇਖ ਸਾਹਿਬ ਆਏ ਨੇ, ਫੀਸ ਸ਼ੇਖ ਸਾਹਿਬ ਸ਼ਾਇਦ ਕਿਰੇ ਮੰਡੀ ਚ ਮਾਰਕੀਟ ਫਿਰ ਕੇ ਆਏ ਹੋਣਾ। ਇਹ ਕੱਖ ਨਹੀਂ ਜੇ ਲੱਭਣਾ, ਇਹਨਾਂ ਤਿਲਾਂ ਦੀ ਫੀਸ ਕੋਈ ਨਹੀਂ। ਸ਼ੇਖ ਸਾਹਿਬ ਦੀ ਕਿੱਥੋਂ ਇਹਨਾਂ ਮੰਨਣੀ ਆ, ਸ਼ੇਖ ਸਾਹਿਬ ਗੱਲ ਤੇ ਸਹੀ ਪੇ ਕਰਦੇ ਨੇ ਨਾ, ਜਿਹੜੀ ਗੱਲ ਸਹੀ ਬੰਦਾ ਕਰੇ ਤੁਸੀਂ ਉਹ ਵੀ ਨਹੀਂ। ਗੱਲ ਵੀ ਚਲੋ ਸਹੀ ਕਰਦੇ ਨੇ ਉਹ ਤਾਂ ਗੱਲ ਠੀਕ ਹੈ ਸਾਡੀ, ਪਰ ਇਹਨਾਂ ਨੂੰ ਮੰਨਣੀ ਕਿੱਥੋਂ ਆ। ਨਹੀਂ ਪਰ ਅਫੀ ਸ਼ੇਖ ਸਾਹਿਬ ਨੇ ਗੱਲ ਸਹੀ ਕੀਤੀ ਆ ਜ਼ਿਆ ਭਾਈ, ਮੈਨੂੰ ਰਵਾ ਗਿਆ ਦੁਆਲੇ ਹੋਣ ਨਾਲ ਕੀ, ਜਿਹੜੀ ਗੱਲ ਸਹੀ ਹੈ ਉਹ ਸਹੀ ਹੈ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ, ਤੁਹਾਨੂੰ ਗੱਲ ਤੇ ਸਹੀ ਕਰਨੀ ਚਾਹੀਦੀ ਹੈ। ਲੇਕਿਨ ਫਿਲਹਾਲ ਮੇਰੀ
ਅਲੀ ਮੁਲਾਕਾਤ ਨਹੀਂ ਹੋਈ, ਮੈਨੂੰ ਨਹੀਂ ਲੱਗਦਾ ਤੂੰ ਨਾ ਬਰਾਡ ਲਾਈ ਹੋਈ ਹੈ, ਮੈਂ ਵੇਖਿਆ ਮੈਨੂੰ ਤਾਂ ਨਹੀਂ ਨਜ਼ਰ ਆਈ ਬਰਾਡ। ਉਹ ਬਰਾਡ ਨਹੀਂ ਲਾਂਦੇ, ਉਹ ਇੱਥੇ ਬਾਹਰ ਬਹਿ ਕੇ ਸੁਣਦੇ ਨੇ ਪਿਆ ਆਪਣਾ ਇਸਤਕਬਾਲ ਮੇਰਾ। ਬਾਬਰ ਮਹਿਰ ਸਾਹਿਬ ਕਹਿ ਰਹੇ ਨੇ ਵੀ ਨੀਡ ਟੂ ਹਾਇਰ ਡੈਬਿਟ ਕਲੈਕਟ ਕੰਪਨੀ, ਇਹ ਵੀ ਵੈਸੇ ਸਹੀ ਹੈ ਮਸ਼ਵਰਾ। ਮੈਂ ਤੁਹਾਡਾ ਦਿਲ ਹੈ ਕਿ ਬਰਾਡ ਲਾਹਣ ਅਤੇ ਖੁੱਲੀਆਂ ਲਾਹਣ ਤਾਂ ਉੱਥੇ ਜਾ ਕੇ ਪੈਣ, ਉਹ ਜਿਹੜੀਆਂ ਬੱਚੇ ਨੇ ਥੋੜ੍ਹੇ ਬਹੁਤੇ ਚੰਗਾ ਨਹੀਂ ਹੈ ਆਲੇ ਦੁਆਲੇ ਬਹਿ ਕੇ ਸੁਣ ਲਿਆ। ਕੋਈ ਇੰਝ ਕਿੱਥੋਂ ਬਚਦੀਆਂ ਨਦੀਮ ਬਾਈ, ਇੰਝ ਤਾਂ ਥੋੜ੍ਹੀ ਬਚਣ ਲੱਗੀਆਂ, ਮੌਲਵੀ ਅਮਨ ਨਜ਼ੀਰ ਦੇ ਧੜੇ ਚੜੇ ਨੇ, ਇੰਝ ਭਲਾ ਬਚਦੀਆਂ ਨੇ? ਇਹ ਰੋਜ਼ ਬਰੋਜ਼ ਇਜ਼ਾਫਾ ਹੋ ਰਿਹਾ, ਚਾਰ ਨਵਿਆਂ ਬੰਦਿਆਂ ਨੂੰ ਪਤਾ ਲੱਗ ਰਿਹਾ ਰੋਜ਼ ਹੀ। ਉਹਨਾਂ ਨੂੰ ਨਹੀਂ ਨਾ ਅਸਰ ਹੁੰਦਾ, ਉਹਨਾਂ ਆਪਣਾ ਘਰ ਬਚਾਇਆ, ਕਹਿੰਦੇ ਨੇ ਘਰ ਜੁੱਤੀਆਂ ਨਾ ਪੈਣ ਬਾਹਰ ਜਿੰਨੀ ਮਰਜ਼ੀ ਪੈਣ। ਉਹ ਘਰ ਨਹੀਂ ਬਚਾਇਆ, 500 ਯੂਰੋ ਬਚਾਇਆ ਨੇ ਉਹਨਾਂ ਨੇ, ਇੱਜ਼ਤ ਉੱਜ਼ਤ ਨਾਲ ਉਹਨਾਂ ਨੂੰ ਕੀ ਹੈ? 600 ਯੂਰੋ, 500 ਨਹੀਂ 100 ਘਟਾਓ ਨਾ। ਨਹੀਂ 600 ਬਿਲਕੁਲ ਸੋਰੀ, ਮੈਂ ਮਾਦਤ, ਮੈਂ ਆਪਣੇ ਅਲਫਾਜ਼ ਵਾਪਸ ਲੈ ਰਿਹਾ, 600 ਯੂਰੋ ਉਹਨਾਂ ਨੇ ਬਚਾਇਆ, ਇੱਜ਼ਤਾਂ ਉੱਜ਼ਤਾਂ ਦਾ ਕੋਈ ਰੌਲਾ ਨਹੀਂ ਉਹਨਾਂ, ਇੰਝ ਦੀਆਂ 1000 ਇੱਜ਼ਤਾਂ 600 ਯੂਰੋ ਤੋਂ ਕੁਰਬਾਨ ਕਰਦੇ। ਯਕੀਨ ਕਰੋ ਕਿੰਨੇ 12 ਬੰਦੇ ਚਾਹੀਦੇ ਨੇ, ਬਹੁਤੇ ਨਹੀਂ, ਜਿਹੜੇ ਕਹਿੰਦੇ ਨੇ ਅਸੀਂ ਬੜੇ ਮੁਖਲਸ ਹਾਂ ਆਪਣੀ ਜਮਾਤ ਦੇ ਨਾਲ, ਤੇ 50-50 ਹਿੱਸੇ ਚ ਆਉਂਦੇ ਨੇ 600 ਰੁਪਈਆ ਠਾ ਕਰਕੇ ਭਾਈ 12 ਕਿੱਥੋਂ, ਅੱਧਾ ਕੁ ਬੰਦਾ ਇੱਕ ਐ ਨਿੱਕੀ ਪਿੱਧੀ ਜੀ ਗੈਰਤ ਵਾਲਾ ਇੱਕ ਅੱਧਾ ਬੰਦਾ ਵੀ ਜਮਾਤ ਚ ਹੋਵੇ, ਉਹ ਵੀ ਦੇ ਦੇਣੇ ਉਹਨੇ ਵੀ 600 ਯੂਰੋ। ਕੋਈ ਅੱਧਾ 75 ਵੀ ਨਹੀਂ ਲੱਭਦਾ ਗੈਰਤਮੰਦ ਵੀ, ਚਲੋ ਕੋਈ 50% ਗੈਰਤਮੰਦ ਲੱਭ ਜਾਏ। ਨਹੀਂ ਤੁਸੀਂ ਇੰਨਾ ਵੀ ਨਾ ਕਰੋ, ਇੱਕੋ ਬੰਦੇ ਦਾ ਭਾਰ ਨਾ ਪਾਓ। ਮੈਂ ਤਾਂ 12 ਯੂਰੋ ਦੇ ਛੱਡਦੇ ਨੇ ਉਹਨੂੰ ਖਲੀਫੇ ਨੂੰ, ਸਿਰਫ ਮਸਲਾ ਪਰੇਸ਼ਾਨੀ ਇਹ ਬਣੀ ਹੋਈ ਹੈ ਵੀ ਇਹਨਾਂ ਨੂੰ ਚਸਕਾ ਪਿਆ ਹੋਇਆ ਝੂਠ ਦਾ, ਹੁਣ ਅਮਰ ਨਜ਼ੀਰ ਕੋਈ ਝੂਠ ਮਾਰ ਦੇਵੇ ਤੇ ਆਰਾਮ ਨਾਲ ਦੇ ਦੇਣਗੇ 600 ਯੂਰੋ। ਉਹ ਅਲਰਜਿਕ ਨੇ ਸੱਚ ਸੱਚੀ ਗੱਲ ਤੋਂ, ਖਲੀਫਾ ਸਾਰਾ ਦਿਨ ਝੂਠ ਮਾਰਦਾ ਇਹਨਾਂ ਦਾ, ਜੁਮੇ ਵਾਲੇ ਦਿਨ ਵੀ ਆ ਕੇ ਝੂਠ ਮਾਰਦਾ, ਉਹਨੂੰ ਬੜੇ ਖੁਸ਼ ਹੋ ਕੇ ਦਿੰਦੇ ਨੇ। ਬਰਲੇ ਹੁਣ ਤੁਹਾਨੂੰ ਕੋਈ ਬੰਦਾ ਕੋਲ ਨਹੀਂ, ਜਿਹੜਾ ਆਪਣਾ ਅਮੈਰੀਕਾ ਲੂ ਨਹੀਂ, ਜਿਹੜਾ ਕੋਈ ਡਾਲਰ ਤੁਹਾਨੂੰ ਦੇ ਦੇ, ਉਹ ਵੀ ਰੱਜ ਗਿਆ, ਉਹਨੂੰ ਵੀ ਪਤਾ ਲੱਗ ਗਿਆ ਇਹਨਾਂ ਮੈਨੂੰ ਹੀ ਪਾਣਾ। ਫਿਰ ਉਹ ਸੁਣਦਾ ਵੀ ਉਹ ਵਿਚਾਰਾ ਸਾਹਮਣੇ ਹੀ ਨਹੀਂ ਆਉਂਦਾ, ਕਹਿੰਦਾ ਭਾਈ ਆਪਣਾ ਆਪ ਹੁਣ ਕੋਈ ਬੰਦਾ ਸਾਹਮਣੇ ਵੀ ਨਹੀਂ ਆਉਂਦਾ ਨਾ ਕੋਈ, ਅੱਗੇ ਤੇ ਉਹ ਆ ਗਏ ਸੀਗੇ ਅਜ਼ੀਮ ਭੱਟ ਸਾਹਿਬ ਤੇ ਉਹ ਹਾਮੀ ਭਰ ਗਏ ਸੀ, ਹੁਣ ਉਹ ਵੀ ਕੰਨੀ ਕਤਰਾ ਕੇ ਨਾ ਸੁਣਦੇ ਹੋਣੇ ਆ ਬਾਰੋ ਬਾਰੋ ਨਾ ਚੁੱਪ ਕਰਕੇ, ਉਹਨੂੰ ਕਹਿੰਦਾ ਨਾ ਬਈ ਨਾ, ਅੱਗੇ ਮੈਂ ਇੱਕ ਵਾਰੀ ਫਸਿਆ ਸੀ ਤੇ ਮੈਨੂੰ ਦੇਣੇ ਪੈ ਗਏ, ਹੁਣ ਨਹੀਂ ਮੈਂ ਜਾਂਦਾ ਨਾ ਜੀ ਤੋਬਾ ਕਰੋ। ਹਾਂ ਤੇ ਹੋਰ ਕੋਈ ਆਇਆ ਉਹਨੇ, ਚਲੋ ਭੋਰਾ ਕਹਿ ਰਿਹਾ ਤਾਂ ਵਿਖਾਈ ਸੀ ਨਾ, ਉਸ ਤੋਂ ਇਲਾਵਾ ਕੋਈ ਬੰਦਾ ਨਹੀਂ ਮਿਲਿਆ ਜਿਹਦੇ 'ਚ ਕੋਈ ਰੱਤੀ ਕੋਈ, ਚਲੋ 1-2% ਹੀ ਕਹਿ ਰਿਹਾ ਹੋਏ। ਤੁਸੀਂ ਵੀ ਅਗਰ 300 ਤੱਕ ਹੀ ਰਹਿੰਦੇ ਤੇ ਹੋ ਸਕਦਾ ਕੋਈ ਵਧਾ ਲੈਂਦਾ ਕੰਮ, ਤੁਸੀਂ ਡਾਇਰੈਕਟ ਨਾ ਨਦੀਮ ਭਾਈ, ਜਮਾਤੀ ਗੈਰਤ, ਜਮਾਤੀ ਗੈਰਤ ਅਗਰ ਕਿਸੇ ਮਰਜ਼ੀ 'ਚ 1% ਵੀ ਹੋਏਗੀ ਨਾ, ਉਹਨੇ ਚੁੱਪ ਕਰਕੇ ਆ ਕੇ 600 ਯੂਰੋ ਦੇ ਦੇਣਾ। ਗੈਰਤ ਦਾ ਤੇ ਮਰਜ਼ੀਆਂ ਦਾ ਜਿਹੜਾ ਨਾ ਆਪਸ ਵਿੱਚ ਬਹੁਤ ਵੱਡਾ ਦੁਸ਼ਮਣੀ ਹੈ। ਆਹੋ ਅੱਗੇ ਤੇ ਅਸੀਂ ਵੈਸੇ ਹੀ ਜਿਹੜਾ ਨਾ ਇੱਕ ਇਸਤਲਾਹਨ ਕਹਿੰਦੇ ਸੀਗੇ ਕਿ ਗੈਰਤ ਤੇ ਮਰਜ਼ੀ ਇਦਾਂ ਕੋਈ ਲੈਣਾ ਦੇਣਾ ਨਹੀਂ ਆਪਸ ਚ, ਹੁਣ ਤੇ ਕਨਫਰਮ ਹੋਇਆ ਪਿਆ, ਹੁਣ ਤੇ ਮੋਹਰਾਂ ਲੱਗ ਗਈਆਂ ਨੇ। ਨਾ ਕਹੋ ਇਹ ਗੱਲਾਂ, ਨਾ ਕਹੋ, ਅਗਰ ਮੇਰੀ ਜਮਾਤ ਦੇ ਕਿਸੇ ਬੰਦੇ ਇਸ ਤਰ੍ਹਾਂ ਦਿੱਤੀ ਹੁੰਦੀ ਔਰ ਮੈਨੂੰ ਸਮਝ ਆ ਰਹੀ ਹੁੰਦੀ ਕਿ ਵਾਕਈ ਉਹ ਨਹੀਂ ਕਰ ਸਕਦਾ
ਮੈਂ ਦੇ ਛੱਡਨੇ ਸਨ ਅੱਲਾ ਕੋ ਆਏ ਫੀਸ਼ੇਕ ਸਾਹਿਬ ਤੁਸੀਂ ਵਾਕਈ ਦੇ ਛੱਡਨੇ ਸੀ ਅਸੀਂ ਵੀ ਗੱਲ ਨੂੰ ਮੰਨਦੇ ਹਾਂ ਲੇਕਿਨ ਜਿਹੜੀ ਦੂਜੀ ਪਾਰਟੀ ਹੈ ਤੁਹਾਡੀ ਉਹਨਾਂ 'ਚ ਕੋਈ ਬੰਦਾ ਉਹ ਤਾਂ ਆਉਂਦੇ ਅਸੀਂ ਜਿਹੜਾ ਅਸਲ ਅਤੇ ਸੱਚੇ ਸਲਾਮ ਵਾਲੇ ਤਾਂ ਹੈਗੇ ਹੀ ਅਸੀਂ ਹਾਂ ਤਾਂ ਤੁਹਾਨੂੰ ਵੀ ਗਲਤ ਉਹਨਾਂ ਨੂੰ ਸ਼ਾਇਦ ਉਮੀਦ ਹੈ ਇਹ ਕਿ ਹੋ ਜਾਏਗਾ ਮਤਲਬ ਉਹਨਾਂ ਦੇ ਕੋਲ ਹੈ ਏ ਦੇਖੋ ਨਾ ਜੀ ਸਮਝ ਤਾਂ ਆਉਂਦੀ ਪਈ ਹੈ ਕਿ ਹਾਲੀ ਤੱਕ ਨਾ ਦੇਣ ਦਾ ਕੀ ਮਸਲਾ ਕੀ ਹੈ ਉਹ ਤਾਂ ਸਮਝ ਆ ਰਹੀ ਹੈ ਲੇਕਿਨ ਫਿਰ ਵੀ ਸ਼ਾਇਦ ਉਹ ਕਹਤੇ ਡੂਬਤੇ ਤੋਂ ਤਿਨਕੇ ਦਾ ਸਾਰਾ ਕੋਈ ਉਮੀਦ ਹੋ ਜਿਵੇਂ ਕ੍ਰਿਕਟ 'ਚ ਨਹੀਂ ਹੁੰਦਾ ਆਖਰੀ ਗੇਂਦ ਤੇ ਤੁਸੀਂ ਛੱਕਾ ਲਾ ਕੇ ਫਿਰ ਜਿਤਾ ਦਿੰਦੇ ਹੋ ਟੀਮ ਨੂੰ ਸ਼ਾਇਦ ਉਹਨਾਂ ਦਾ ਕੋਈ ਐਸਾ ਹੋਏ ਕਿ ਆਖਰੀ ਗੇਂਦ ਤੇ ਮੀਰ ਸਾਹਿਬ ਛੱਕਾ ਲਾ ਦੇਣ ਉਹ ਨਹੀਂ ਲੱਗ ਸਕਦਾ ਮੈਂ ਨਹੀਂ ਕਹਿ ਰਿਹਾ ਲੇਕਿਨ ਕਿਆ ਆਪ ਕਹਿ ਰਹੇ ਹੋ ਨਾ ਕਿ ਲੋਕ ਕੋਈ ਪੱਲਾ ਹੱਥ ਪੱਲਾ ਨਹੀਂ ਪਕੜਾ ਰਹੇ ਤਾਂ ਸ਼ਾਇਦ ਲੋਕ ਇਸ ਲਈ ਨਹੀਂ ਪਕੜਾ ਰਹੇ ਕਿ ਸ਼ਾਇਦ ਆਖਰੀ ਗੇਂਦ ਤੇ ਮੀਰ ਸਾਹਿਬ ਛੱਕਾ ਲਗਾ ਦੇਣ ਸ਼ੇਖ ਸਾਹਿਬ ਫਿਰ ਫਾਇਦਾ ਕੀ ਹੋਏਗਾ ਆਖਰੀ ਗੇਂਦ ਦੇ ਇੰਤਜ਼ਾਰ ਦੇ ਵਿੱਚ ਇਹਨਾਂ ਨੇ ਪੂਰਾ ਓਵਰ ਤੇ ਭੰਡੀ ਕਰਾ ਲਈ ਜਮਾਤ ਦੀ ਨਹੀਂ ਪੂਰਾ ਜਮਾਤ ਦੀ ਬਿਸਤਰ ਕਰਾ ਕੇ ਆਖਰੀ ਗੇਂਦ ਤੇ ਛੱਕਾ ਮਾਰਨਾ ਨਹੀਂ ਸ਼ੇਖ ਸਾਹਿਬ ਮੀਰ ਸਾਹਿਬ ਕਲੀਨ ਬੋਲਡ ਹੋ ਚੁੱਕੇ ਨੇ ਕਲੀਨ ਬੋਲਡ ਕੀ ਕਹਿ ਰਿਹਾ ਮੈਂ ਉਹ ਆਪਣਾ ਇੱਕ ਉਹ ਪੇਸ਼ ਕਰ ਰਿਹਾ ਖਿਆਲ ਕਿ ਸ਼ਾਇਦ ਤੁਸੀਂ ਕਹਿੰਦੇ ਹੋ ਨਾ ਕਿ ਕੋਈ ਬੰਦਾ ਗੈਰਤ ਨਹੀਂ ਦਿਖਾ ਰਿਹਾ ਤੇ ਮੈਂ ਤਾਂ ਕਹਿ ਰਿਹਾ ਕਿ ਸ਼ਾਇਦ ਰੀਪਲੇ ਕਹਿ ਰਹੇ ਨੇ ਥਰਡ ਅੰਪਾਇਰ ਕੋਲ ਪੁੱਛ ਰਹੇ ਨੇ ਯਾਰ ਫਿਰ ਇਸ ਨੂੰ ਰੀਪਲੇ ਕਰ ਸ਼ਾਇਦ ਜਿਹੜਾ ਉਹ ਮੇਰਾ ਗੇਂਦ ਹੈ ਜਿਹੜਾ ਉਹ ਵਾਈਡ ਹੋਵੇ ਮਗਰ ਗੇਂਦ ਹੈ ਜਿਹੜਾ ਟੈਕਨੋਲੋਜੀ ਨੇ ਵੀ ਧੋਖਾ ਦੇਣਾ ਚਾਹੁੰਦੇ ਨੇ ਹਾਂ ਬਹਰਹਾਲ ਕੋਈ ਚਾਂਸ ਨਹੀਂ ਵਿਕਟ ਬਚਣ ਦਾ ਇਹ ਸਾਰੇ ਮਰਜ਼ਈ ਨਾ ਸਿਰ ਜੋੜ ਕੇ ਤੇ ਲੱਗੇ ਇਹਨਾਂ ਨੇ ਹੁਣ ਵੰਡੀਆਂ ਵੀਡੀਓਆਂ ਅਹਿਮਦ ਦਾਸ ਸਾਹਿਬ ਦੀ ਵੀਡੀਓ ਇੱਕ ਇੱਕ ਲਫ਼ਜ਼ ਬਗੌਰ ਸੁਣ ਰਹੇ ਸਾਰੇ ਮਰਜ਼ਈ ਸਿਰ ਜੋੜ ਕੇ ਉਹ ਇੰਨੀ ਮੈਂ ਕਿ ਉਹਦੀ ਡਿਬੇਟਾਂ ਕ੍ਰਿਸਚਨਾਂ ਨੇ ਨਹੀਂ ਸੁਣੀਆਂ ਹੋਣੀਆਂ ਜਿੰਨੀਆਂ ਅੱਜ ਕੱਲ੍ਹ ਮਰਜ਼ਈ ਸੁਣ ਰਹੇ ਹੋਣੇ ਕੋਈ ਸਾਨੂੰ ਲਫ਼ਜ਼ ਲੱਭ ਜਾਏ ਸਾਡੀ ਜਾਨ ਛੁੱਟ ਜਾਏ ਐਡੇ ਔਖੇ ਜੋ ਹੋ ਰਹੇ ਹੋ ਇੰਨੇ ਬੰਦੇ ਤੁਸੀਂ ਲਾਏ ਵੀਡੀਓ ਵੇਖਣ 'ਤੇ ਅਤੇ ਉਹ ਇੱਕ ਬੰਦਾ ਵਿੱਚੋਂ ਸਿਰ ਕੱਢ ਕੇ 600 ਯੂਰੋ ਫੜਾ ਜਾਂਦੇ ਭਾਈ ਅਲੀਮ ਨੇ ਪਤਾ ਕੀ ਕਿਹਾ ਅਲੀਮ ਨੇ ਕਿਹਾ ਕਿ ਦੋਨਾਂ ਬੰਦਿਆਂ ਚੋਂ ਇੱਕ ਬੰਦੇ ਦਾ ਕੈਰੀਅਰ ਖਤਮ ਹੋ ਸੀ ਇਸ ਗੱਲ ਤੇ ਦੇਖੋ ਨਾ ਜੀ ਉਹਨਾਂ ਦੇ ਨਾਂ ਦੇ ਵਿੱਚ ਐਮਦੀ ਤੇ ਆ ਰਿਹਾ ਨਾ ਐਮਦੀ ਦਾਤ ਤੇ ਹੋ ਸਕਦਾ ਕੋਈ ਕ੍ਰਿਸ਼ਨ ਹੋਈ ਜਾਵੇ ਸਾਹਲ ਬਾਈ ਤੁਸੀਂ ਕਿਉਂ ਦੇਣੇ ਆ ਬਿਲਕੁਲ ਕਤਨ ਤੁਹਾਡੇ ਕੋਲ ਨਹੀਂ ਲੈਣਾ ਨਾ ਦੇਣ ਅਸੀਂ ਇਹ ਨਾ ਦੇਣ ਕੋਈ ਗੱਲ ਨਹੀਂ ਇੰਝ ਹੀ ਜ਼ਲੀਲ ਹੋਣਗੇ ਫਿਰ ਛੇ ਸੌ ਯੂਰੋ ਕੇ ਨਾ ਦਹਿੰਦਾ ਇਹ ਮੌਲਵੀ ਅਮਨ ਦੀ ਵੀ ਬੜਾ ਸ਼ਰਾਰਤੀ ਆਦਮੀ ਵੈਸੇ ਇਹ ਜਿਤਨੇ ਜ਼ਲੀਲ ਹੋ ਰਹੇ ਦੇਖ ਕੇ ਜਾਣ ਚੜਾ ਅੱਛਾ ਜੀ ਇਹ 500-600 ਯੂਰੋ ਨਹੀਂ ਦਿੰਦੇ ਤੇ ਫਿਰ ਚਲੋ ਇਹਨਾਂ ਨੂੰ ਇੱਕ ਤੋਹਫਾ ਦੇ ਦਈਏ ਹੈ ਅਹਿਮਦ ਦਾਸ ਸਾਹਿਬ ਦਾ ਅੱਗੇ ਇੱਕ ਬਿਆਨ ਨਹੀਂ ਪਰ ਲੱਭਦਾ ਤਾਂ ਤੁਸੀਂ ਉਹ ਨਵਾਂ ਤੋਹਫਾ ਦੇ ਦਿਓ ਆਹੋ ਜੀ ਇਹ ਸੁਣੋ ਜ਼ਰਾ ਇਹ ਕੀ ਕਹਿ ਰਹੇ ਨੇ ਅਹਿਮਦ ਦਾਸ ਸਾਹਿਬ ਕਹਿ ਰਹੇ ਨੇ ਆਈ ਐਮ ਅਹਿਮਦ ਅੱਗੇ ਕੀ ਹੈਗਾ ਹੁਸੈਨ
ਦੀਦਾਤ ਪ੍ਰੈਜ਼ੀਡੈਂਟ ਆਫ ਇਸਲਾਮਿਕ ਪ੍ਰੋਗਰੈਸ਼ਨ ਸੈਂਟਰ ਹੇਅਰ ਬਾਏ ਡਿਕਲੇਅਰ ਬਿਫੋਰ ਅੱਲਾ ਦੈਟ ਆਈ ਸਬਸਕ੍ਰਾਈਬ ਟੋਟਲੀ ਐਂਡ ਫੁੱਲੀ ਟੂ ਦੀ ਸ਼ਹਾਦਾ ਲਾ ਇਲਾਹਾ ਇਲੱਲਾਹ ਮੁਹੰਮਦ ਰਸੂਲੁੱਲਾਹ ਦੇਰ ਇਜ਼ ਨੋ ਗੋਡ ਐਕਸੈਪਟ ਅੱਲਾ ਐਂਡ ਮੁਹੰਮਦ ਇਜ਼ ਦੀ ਮਸੈਂਜਰ ਆਫ ਅੱਲਾ ਆਈ ਬਿਲੀਵ ਦੈਟ ਮੁਹੰਮਦ ਪੀਸ ਬੀ ਅਪੋਨ ਹਿਮ ਇਜ਼ ਦੀ ਲਾਸਟ ਐਂਡ ਫਾਈਨਲ ਪ੍ਰੋਫਟ ਐਂਡ ਮਸੈਂਜਰ ਦੇਰ ਵਿਲ ਬੀ ਨੋ ਰਸੂਲ ਆਰ ਨਬੀ ਆਫਟਰ ਹਿਮ I believe that Mirza Ghulam Ahmad of Qadian was an imposter and a kafir. Imposter, non-believer, kazaab, jhootha. Yes. I believe that all those who accept him as a Nabi Rasool or a reformer or even as a great man are kafir and out of the pale of Islam. Lodi. Sharif, Ahmad Didar sahab ne jehda samjhe oh vi kafir hai. Ha. Ahmad Didar sahab da fatwa edda sakht hai edda marzi musalmana baqiyan da nahi. Ke jehda ohnu great man vi samjhe oh vi kafir te out of pale of Islam. Us achha insaan samjhna vi kufr hai. Jehda assembly ne gal kahi si lauriyan nu. Ke assi is waste tuhanu kafir qarar de rahe han kyunki ਤੁਸੀਂ ਮਿਰਜ਼ਾ ਸਾਹਿਬ ਜਿਹੜੇ ਨੇ ਉਹ ਇੱਕ ਕਜ਼ਾਬ ਸਾਬਤ ਹੋ ਗਏ ਨੇ ਹਾਂਜੀ ਉਹਨਾਂ ਨੂੰ ਅੱਗੇ ਲਿਖਦੇ ਨੇ ਕਹਿੰਦੇ ਨੇ ਮਿਰਜ਼ਾ ਸਾਹਿਬ ਰਾਜਾ ਸਾਹਿਬ ਬਾਤ ਸੁਣੇ ਅੱਲਾਹ ਤਾਂ ਅੱਗੇ ਕਹਿੰਦੇ ਨੇ ਮਾਈ ਬੁੱਕ ਕ੍ਰੂਸੀਫਿਕਸ਼ਨ ਕਿ ਭਈ ਅਗਰ ਆਪ ਕਿਸੇ ਆਦਮੀ ਕੋ ਅੱਛਾ ਸਮਝੋਗੇ ਤੋ ਆਪ ਕਾਫਰ ਹੋਗੇ ਅੱਲਾਹ ਤਾਲਾ ਕਾ ਤਾਂ ਐਸਾ ਕੋਈ ਕਾਨੂੰਨ ਨਹੀਂ ਹਾਂ ਅੱਲਾਹ ਤਾਲਾ ਕਾ ਕਾਨੂੰਨ ਹੈ ਆਪ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਕੋ ਆਖਰੀ ਨਬੀ ਨਹੀਂ ਮਾਨਤੇ ਹੈ ਜਾਂ ਆਪ ਅੱਲਾਹ ਤਾਲਾ ਕੀ ਵਾਦਾਨੀਅਤ ਪੇ ਯਕੀਨ ਨਹੀਂ ਰੱਖਦੇ ਨਮਾਜ਼ ਉਰਗਾ ਹਜ ਕਾਤ ਔਰ ਕਿਆਮਤ ਪੇ ਯਕੀਨ ਨਹੀਂ ਰੱਖਦੇ ਤੋ ਆਪ ਕਾਫਰ ਹੋ ਅੱਲਾਹ ਤਾਲਾ ਨੇ ਤਾਂ ਐਸਾ ਕੋਈ ਕਾਨੂੰਨ ਨਹੀਂ ਬਣਾਇਆ ਕਿ ਅਗਰ ਆਪ ਕਿਸੀ ਸ਼ਖਸ ਕੋ ਬੁਰਾ ਜਾਂ ਅੱਛਾ ਮਾਨਤੇ ਹੋ ਤੋ ਆਪ ਕਾਫਰ ਹੋ ਮੁਸਲਮਾਨ ਨਹੀਂ ਅਫੀਸ਼ ਸਾਹਿਬ ਜਿਸ ਵਕਤ ਇੱਕ ਬੰਦਾ ਜੂਠਾ ਸਾਬਤ ਹੋ ਗਿਆ ਔਰ ਦਾਰਾ ਇਸਲਾਮ ਸੇ ਖਾਰਜ ਹੋ ਗਿਆ ਉਸ ਕੋ ਆਪ ਕੈਸੇ ਕੁਛ ਕੋਈ ਵੀ ਅੱਛੀ ਚੀਜ਼ ਮਾਨ ਸਕਤੇ ਹੈ देखते हैं बात ये नहीं बात ये है कि जी उनको किसने दारा इस्लाम से खारिज कर दिया और किसने नहीं किया अब अगर आप दुनिया के ममालिक इकट्ठे कर लें उसमें मुस्लिम ममालिक इकट्ठे कर लें आप मुझे बता दें कि कितने मुस्लिम ममालिक ने अहमदियों को गैर मुस्लिम करार दे दिया हुआ कितने उन्होंने बांग्लादेश ने अगर 100 मुस्लिम ममालिक हैं 100 में से कितना आप बता दो इंडोनेशिया है वो भी है कि नहीं मलेशिया सऊदी है ਚਲੋ ਇੱਕ ਇੱਕ ਬਾਤ ਕਾ ਮੁਝੇ ਜਵਾਬ ਦੇ ਕੌਣ ਸੇ ਮਮਾਲਕ ਮੈਂ ਕਾਦੀਆਨੀਅਤ ਕੋ ਖੁੱਲੀ ਇਜਾਜ਼ਤ ਹੈ ਕਿ ਵੋ ਆਪਣੀ ਤਬਲੀਗ ਕਰ ਸਕੇ ਕੌਣ ਸੇ ਮੁਸਲਿਮ ਮਮਾਲਕ ਮੈਂ ਕੌਣ ਸੇ ਮੁਸਲਿਮ ਮੇਰਾ ਇਹ ਖਿਆਲ ਹੈ ਕਿ ਖਿਆਲ ਨਹੀਂ ਐਵੀਡੈਂਸ ਕੇ ਸਾਥ ਹੁੰਦਾ ਨਹੀਂ ਅਬ ਅਭੀ ਜਮਾਤ ਕਰ ਰਹੀ ਹੈ ਨਾ ਇੰਡੋਨੇਸ਼ੀਆ ਮੈਂ ਨਹੀਂ ਉਹ ਸਖਤੀ ਹੈ ਲੇਕਿਨ ਇੰਡੋਨੇਸ਼ੀਆ ਮੈਂ ਵੀ ਕਰ ਰਹੀ ਹੈ ਨਾ ਆਪਕੋ ਕਿਸ ਨਹੀਂ ਕਰ ਸਕਦੇ ਚੋਰੀ ਨਹੀਂ ਅੰਡਰਗ੍ਰਾਉਂਡ ਚੋਰੀ ਐਸਾ ਕੁਝ ਨਹੀਂ ਹੈ ਹਰ ਕੀ ਚੋਰੀ ਹੈ ਦੁਨੀਆ ਕੇ ਹਰ ਇੱਕ ਮੁਸਲਮਾਨ ਮੁਲਕ ਕੇ ਅੰਦਰ ਦੁਨੀਆ ਮੈਂ ਚੋਰੀ ਆਪ ਕਰ ਸਕਤੇ ਹੈ ਕਿਉਂ ਕਿਉਂਕਿ ਇਹ ਜੋ ਕਾਦੀਆਨੀ ਹੈ ਖਾਸ ਕਰਕੇ ਇਹ ਜੋ ਆਪਕੀ ਇਹ ਕਾਦੀਆਨੀ ਜਮਾਤ ਮਸਰੂਰ ਗਰੁੱਪ ਹੈ ਇਹ ਤੋਂ ਡਿਕਲੇਅਰਡ ਕਾਫਰ ਹੈ ਨਹੀਂ ਕਿਸ ਜਗ੍ਹਾ ਮੈਂ ਹਰ ਜਗ੍ਹਾ ਪਰ ਪੂਰੀ ਦੁਨੀਆ ਮੁਸਲਮਾਨ ਮੁਲਕੋਂ ਮੈਂ ਨਹੀਂ ਆਪ ਮੁਝੇ ਲਾ ਕੇ ਦਿਖਾ ਦੇ ਕੁਵੈਤ ਮੈਂ ਬਹਿਰੀਨ ਮੈਂ ਮਸਕਤ ਮੈਂ ਅਮਾਨ ਮੈਂ ਆਪ ਮੁਝੇ ਲਾ ਕੇ ਦਿਖਾ ਦੇ
इवन 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 बात सुने इवन इवन सऊदी अरब के कानून में भी नहीं है कहीं भी। आप के सऊदी अरब के कानून में है। हाँ, कादियानी जहर करके वो क्रॉस करके दिखाएं उनका कोई भी मैं बताता हूँ बाद ममालिक में बाई नेम इस तरह नहीं लेकिन उन्होंने एक जनरल कानून बनाया हुआ है कि यहाँ पर कोई गैर इस्लामी सरगर्मियाँ वो नहीं होने देंगे, गैर इस्लामी तहरीक वो हम नहीं चलने, उसके लिए उनका एक स्पेशल वो सेल बना हुआ है जो जिनको मतवे आप बोलते हैं, तो उनसे वो फौरन पूछ लेते हैं कि ये बंदा है, इसके बारे में हमें ये कंप्लेंट आई कि ये एक मुदय्यन बोध का पैरोकार है, तो वो मतवे कहते हैं अच्छा ले आओ इन ए पासपोर्ट भी ले आओ मोर लाओ उस वक्त गड्डी तो बहुत कर तुरो, ये इन्होंने क्या तबलीग तो है बड़ी दूर की बात है, ये उस एरिए में दाखिल भी नहीं हो सकते। जब ये पता चल जाए कन्फर्म हो जाए ना कि ये बंदा एक मदय नबूवत का पैरोकार है तो फिर उसके बाद ज़रूरी नहीं है कि वहाँ पर लिखा हुआ हो कि ये जमात अहमदिया बैन है और जमात अहमदिया पर ये पाबंदी है, नहीं, एक मजमू बात है शरीयत के ख़िलाफ़ चलने वाले शरीयत इस्लामिया से हटे हुए लोग, और ये शरीयत इस्लामिया से हटे हुए लोग ही हैं जो मदय्यन बोध के पैरोकार होते हैं, ये नहीं कि कोई आपकी तख्सीस है, जितने भी मदय्यन बोध के पैरोकार हैं सब एक जैसे। आपका मतलब इसमें देवबंदी बरेलवी और अहले तशय्यो सारे शामिल हैं चलो, जो हज़रत ईसा अलैहिस्सलाम को ज़िंदा भी मानते हैं, सच्चा भी मानते हैं, नबी भी मानते हैं, मुनकर ख़त्म नबूवत होने के बावजूद नारे ख़त्म नबूवत लगाकर मुनाफ़िकाना रंग इख्तियार करते हैं, उन पर भी पाबंदी है या वो जाली तरीके से चुप चुपाते कर रहते हैं सारी कार्रवाई? नबी अलैहिस्सलाम के बाद जो भी बंदा किसी भी मदय नबूवत को मानता है, आप नहीं मानते हज़रत ईसा अलैहिस्सलाम इस वक्त ज़िंदा है? वो नबी अलैहिस्सलाम के बाद नहीं, वो नबी अब एक अजक जाए ना जरा ठंडा, हज़रत ईसा अलैहिस्सलाम जिंदा है? नबी अलैहिस्सलाम आपका अकीदा जो है वो उसमें नबी हज़रत ईसा अलैहिस्सलाम जिंदा है? क्या हुआ जिंदा है तो सच्चे हैं वो? सच्चे हैं तो फिर नबी हैं वो अजक तो जाए जाते किधर हैं? जाते किधर हैं? पकड़ लो पकड़ लो पकड़ लो, वो अभी तो कड़े दी मच्छी हैं। अच्छा जिंदा भी हैं, सच्चे भी हैं, नबी भी हैं, तो खत्म क्या चीज हो गई है? अब कोई और कारोबार शुरू कर दिया उन्होंने? ए टोटल इनदी दलील जिस तरह वो मीर नहीं कहंदा ए दलील तो बाहर से निकलो ओ वहाबियत इथे ही आके सिर्फ वफात पा जंदी सिर्फ सिर्फ 5 मिनट रह गए दवाई दा टाइम हो रहा ना करो सलाम चाहे मदीना अस्सलातो व सलाम। यार इथे ए जे कादरी बराल ने उन नाल ते पुराना ताल्लुक है टोनी साहब, ओ यार ओने को जरा कादरी ते अगर सलूक दी ओ तुसी ते वाबी कट्टे तुसी ते यजीदी हो ना रूहानी तब यानी रूहानी बंदा आया है ओथे रे ओ तोडियां गल्ला बथेरियां सुनियां नवियां सुनियां जे रोमिक तोडी होई है बावजूद इसते ਇਸ ਤਰ੍ਹਾਂ ਕਿ ਤੁਸੀਂ ਵਾਬੀ ਹੋ ਤੁਸੀਂ ਆਪਣੇ ਆਪ ਨੂੰ ਮੁਸਲਮਾਨ ਕਹਿੰਦੇ ਹੋ ਤੁਹਾਡੇ ਜ਼ਿਹਨ ਦੇ ਵਿੱਚ ਨਜਾਸਤ ਕਿਸੇ ਵਾਬੀ ਨਹੀਂ ਪਾਈ ਹੋਣੀ ਹੈ
ਨਹੀਂ ਇਹ ਤੁਹਾਨੂੰ ਇਹ ਕਿੰਨੇ ਗੁਮਾਨ ਕਿਸ ਤਰ੍ਹਾਂ ਹੋਇਆ, ਸ਼ੱਕ ਕਿਵੇਂ ਹੋਇਆ ਕਿ ਤੁਸੀਂ ਮੁਸਲਮਾਨ ਹੋ ਹਾਲਾਂਕਿ ਤੁਸੀਂ ਵਾਬੀ ਹੋ? ਅਗਲੇ ਦੀ ਗੱਲ ਨਹੀਂ, ਇਹ ਪਹਿਲੀ ਵਾਰੀ ਸੁਣਨੀ ਮੈਂ, ਇਹ ਪਹਿਲੇ ਨਹੀਂ ਸੁਣਾਈ ਆ ਇਹ ਗੱਲ। ਅੱਛਾ ਵਾਰੀ ਨਾਲ ਫਿਰ ਸੁਣਨੀ ਵੀ ਹੈ ਜੇ ਕੱਲ ਤੁਸੀਂ ਵਾਰੀ ਲਾ ਕੇ ਨਾ ਬਿਲਕੁਲ ਗਾਇਬ ਹੋ ਗਏ ਸੀ, ਮਤਲਬ ਕਹਿ ਸਕਦਾ ਤੁਸੀਂ ਆਪ ਕਿਹਾ, ਤੁਸੀਂ ਆਪ ਕਿਹਾ ਮੈਂ ਸਿਰ ਟਾਈਮ ਨੋਟ ਕਰ ਲੈਣਾ, ਜਿੰਨੀ ਦੇਰ ਇਹ ਬੋਲਣ ਦੌੜੇ ਤੁਸੀਂ ਆਪ, ਜਿੰਨੀ ਦੇਰ ਵਾਹਬੀਅਤ ਬੋਲੇ ਨਾ ਉਨੀ ਦੇਰ ਕਮ ਸੇ ਕਮ ਚਾਹੀਦੀ ਹੈ ਰੱਦੇ ਵਾਹਬੀਅਤ ਦੇ ਵਿੱਚ। ਬੋਲ ਬਾਈ ਵਾਹਬੀਅਤ ਬੋਲ। ਟੋਨੀ ਸਾਹਿਬ ਮੈਂ ਇਹ ਪਿਆ ਕਹਿੰਦਾ ਸੀ ਕਿ ਕੈਸੀ ਤੁਹਾਡੀ ਗਰੂਮਿੰਗ ਹੋਈ ਹੈ ਬਾਵਜੂਦ ਇਸ ਦੇ ਕਿ ਸਾਰੀ ਮੁਸਲਿਮ ਉਮਤ ਥੂ ਥੂ ਕਰਦੀ ਹੈ ਕਿ ਮਰਜ਼ਾਈ ਕਾਫਰ ਨੇ, ਮੁਖਰਜ ਮੇ ਨਾਲ ਮਿਲਣਾ ਨੇ। ਅੱਛਾ ਫਿਰ ਵੀ ਤੁਸੀਂ ਆਉਂਦੇ ਹੋ ਤਾਂ ਕਹਿੰਦੇ ਹੋ ਅੱਛਾ ਫਲਾਣਾ ਭਾਬੀ ਹੈ, ਇਹ ਫਲਾਣਾ ਦਿਓਬੰਦੀ ਹੈ, ਇਹ ਫਲਾਣਾ ਬਰੇਲਵੀ ਹੈ, ਫਲਾਣਾ ਅਹਿਲ ਦੀ। ਬਾਈ ਕਦੇ ਸਿੱਖਾਂ ਨੇ ਆ ਕੇ ਨਹੀਂ ਸਾਨੂੰ ਪੁੱਛਿਆ ਫਲਾਣਾ ਬਰੇਲਵੀ ਹੈ, ਫਲਾਣਾ ਦਿਓਬੰਦੀ ਹੈ, ਕਦੇ ਹਿੰਦੂਆਂ ਨੇ ਆ ਕੇ ਨਹੀਂ ਪੁੱਛਿਆ, ਕਦੇ ਕ੍ਰਿਸ਼ਨਾ ਨੇ ਆ ਕੇ ਨਹੀਂ ਪੁੱਛਿਆ। ਤੁਹਾਡੇ ਇਹ ਵੀ ਜ਼ਿਹਨ 'ਚ ਸ਼ੱਕ ਹੀ ਹੈ ਕਿ ਤੁਸੀਂ ਮੁਸਲਮਾਨਾਂ ਦਾ ਕੋਈ ਫਿਰਕਾ, ਤਾਂ ਲੋਕਾਂ ਨੂੰ ਫਿਰਕੇ ਦਾ ਪੁੱਛਦੇ ਹੋ ਕਿਹੜੇ ਫਿਰਕੇ ਨਾਲ ਤੁਹਾਡਾ ਤਰਲਕ? ਬਸ ਇੰਨਾ, ਇੱਕ ਮਿੰਟ ਤੋਂ ਪਹਿਲੇ ਪਹਿਲੇ ਮੇਰੀ ਗੱਲ, ਇੱਕ ਮਿੰਟ ਲਾਓ, ਦੋ ਮਿੰਟ ਲਾਓ, ਇੱਕ ਦਿਨ ਲਾਓ ਯਾਰ। ਜਦੋਂ ਖਾਰਜੀਅਤ, ਨਾਸਬੀਅਤ, ਯਜ਼ੀਦੀਅਤ, ਨਜਦੀ ਫਿਤਨਾ ਔਰ ਜਹੰਨਮ ਦਾ ਈਂਧਨ ਵਹਾਬੀਅਤ ਜਿਹੜੀ ਹੈ ਅਮਰ ਨਜ਼ੀਰੀਅਤ ਦੀ ਸ਼ਕਲ 'ਚ ਆ ਕੇ ਆਪਣੇ ਆਪ ਨੂੰ ਮੁਸਲਮਾਨ ਜ਼ਾਹਿਰ ਕਰਕੇ ਆਪਣੀ ਨਿਜਾਸਤ ਨੂੰ ਇਸਲਾਮ ਦਾ ਨਾਮ ਦੇ ਕੇ ਇਸਲਾਮ ਦੇ ਉੱਤੇ ਇੱਕ ਬਦਨਾਮੀ ਦਾ ਬਾਇਸ ਬਣਦੀ ਹੈ, ਇਹ ਜਿਹੜੀ ਗੁੱਠੀ ਦੇ ਵਿੱਚ ਗੁੜ੍ਹਤੀ ਦਿੱਤੀ ਜਾਂਦੀ ਜਦੋਂ ਵਹਾਬੀਆਂ ਨੂੰ, ਅਤੇ ਇਸ ਚੀਜ਼ ਦਾ ਮੁਗਾਲਤਾ ਪਾਇਆ ਜਾਂਦਾ ਕਿ ਤੁਸੀਂ ਭਾਵੇਂ ਜ਼ਾਤ ਦੇ ਵਹਾਬੀ ਹੋ ਲੇਕਿਨ ਇਸਲਾਮ ਨੂੰ ਜੱਫਾ ਪਾ ਕੇ ਰੱਖਣਾ। ਇਹ ਜਿਹੜੀ ਹੈ ਇਹ ਆਦਤ ਜਿਹੜੀ ਹੈ ਤੁਹਾਨੂੰ ਮਦਰੱਸਿਆਂ ਦੇ ਵਿੱਚ ਇਹਦਾ ਇੰਜੈਕਸ਼ਨ ਲੱਗਦਾ ਹੈ, ਇਸ ਵਹਿਮ ਦਾ, ਇਸ ਗੁਮਾਨ ਦਾ, ਇਸ ਜ਼ੋਮ ਦਾ, ਇਸ ਗਲਤ ਫਹਿਮੀ ਦਾ, ਜਾਂ ਇਹ ਪੈਦਾਇਸ਼ੀ ਮਰਜ਼ ਹੈ, ਕਰੋਨਿਕ ਡਿਜ਼ੀਜ਼ ਹੈ? ਮਤਲਬ ਕਹਿ ਸਕਦੇ ਸਾਹਿਬ ਇਹਨਾਂ ਕੋਲ ਪਤਾ ਕਰਕੇ ਤੇ ਫਿਰ ਲਿਸਟ ਬਣਾ ਲੈਣਾ ਕਦੋਂ ਕਦੋਂ ਇਹਨਾਂ ਦੇ ਮਰਜ਼ ਤੇ ਸ਼ਾਮਲ ਹੋਣਗੇ। ਟਾਈਮ ਹੁਣ ਜ਼ਰਾ ਮਾਈਕ ਮਿਊਟ ਲਾਓ, ਮਨਸੂਰ ਸਾਹਿਬ ਨੂੰ ਪੁੱਛ ਲੈਣ ਦਿਓ, ਮਨਸੂਰ ਸਾਹਿਬ ਕੋਲ ਗੱਲ ਕਰਨਾ ਚਾਹੁੰਦੇ। ਜੀ ਮਨਸੂਰ ਸਾਹਿਬ, ਕੁਛ ਵੀ ਨੀ ਕਰ ਰਹੇ ਸੀ, ਯੱਬ ਕਰ ਰਹੇ, ਤੁਸੀਂ ਕੋਈ ਗੱਲ ਕਰਨੀ ਤੇ ਕਰ ਲਓ, ਤੁਸੀਂ ਕਰੋ ਗੱਲ। ਇਹ ਕਹਿਣ ਦੀ ਕੋਈ ਨੀ ਲੋੜ, ਯੱਬ ਕਰ ਰਹੇ ਭਾਬੀ ਬੋਲਣ ਡਿਆ ਕਲਮਾ ਗੋਇਮ ਦੀ ਮੁਸਲਮਾਨ, ਕਿਹੜੀ ਕਿਹੜੀ ਕੋਈ ਮਕੂਲ ਗੱਲ ਕਰ ਰਹੇ, ਇੰਜ ਹੀ ਬਸ ਚਿਸ਼ਤੀ ਰਸੂਲ ਲਾਲ ਮੁਸਲਮਾਨ ਸਾਕੀ ਸਾਹਿਬ ਨਾਲ ਗੱਲ ਕਰ ਲੈਣ ਦੋ, ਚੁੱਪ ਕਰ ਜਾਓ, ਚੁੱਪ ਕਰ ਜਾਓ, ਗੈਰਤ ਕਿੱਥੇ ਕਰਕੇ ਦਾ ਮੁਕਾਬਲਾ ਕਰ ਸਕੋ ਤੁਸੀਂ? ਗੱਲ ਹੋ ਹੀ ਨੀ ਰਹੀ ਮਨਸੂਰ ਸਾਹਿਬ, ਗੱਲ ਕੋਈ ਖਾਸ ਨਹੀਂ ਕਰ ਰਹੇ, ਮੈਂ ਤੁਹਾਨੂੰ ਦੱਸਿਆ ਯੱਬ ਕਰ ਰਿਹਾ, ਉਧਰ ਟੋਨੀ ਸਾਹਿਬ ਯੱਬ ਕਰਦੇ ਹੋ, ਮੈਂ ਵੀ ਯੱਬ ਕਰ ਦਿੰਦਾ, ਬਸ ਗੱਲ ਤੇ ਕੋਈ ਮਕੂਲ ਹੋ ਨਹੀਂ ਰਹੀ। ਨਹੀਂ ਨਹੀਂ, ਤੁਹਾਡੀ ਗੱਲ 50% ਠੀਕ ਹੈ, ਤੁਸੀਂ ਯੱਬ ਕਰਨ ਦਿਓ, ਮੈਂ ਚੁੱਪ ਹੀ ਆ। ਆ ਤੁਸੀਂ ਅਗੋ ਫਲਸਫਾ ਪੜ ਕੇ ਸੁਣਾ ਰਹੇ ਹੋ। ਅੱਛਾ ਸਾਕੀ ਸਾਹਿਬ ਨਾਲ ਗੱਲ। ਵਾਲੇਕੁਮ ਸਲਾਮ ਰਹਿਮਤੁਲਾ ਜੀ। ਸਾਕੀ ਭਾਈ ਕੀ ਹਾਲ ਹੈ? ਅਮਰ ਸਾਹਿਬ ਠੀਕ ਹੋ?
ਅੱਲਾ ਦਾ ਕਰਮ ਹੈ, ਸ਼ੁਕਰ ਹੈ। ਇਹ ਬੰਦੇ ਕਿਤੇ ਦੋ ਵੇਖੇ ਹੋਣ, ਉਨਾ ਹੀ ਮੈਂ ਤਾਂ ਨੀ ਵੇਖਿਆ। ਤੇ ਅੱਗੇ ਇੱਕ ਭਾਈ ਹੋਰ ਆਏ ਤੇ ਆਏ ਸਨ, ਮੈਂ ਉਸ ਟਾਈਮ ਫੋਨ ਆ ਗਿਆ ਸੀ ਤਾਂ ਟੁਰ ਗਿਆ ਸਾਂ। ਕੀ ਗੱਲ ਮੁੱਕੀ ਫਿਰ? ਨਹੀਂ ਬੰਦਿਆਂ ਦੀ ਪਤਾ ਨੀ, ਕਾਫੀ ਅੱਜ ਬੰਦੇ ਆਏ ਨੇ। ਤੁਸੀਂ ਕਿਹੜੇ ਬੰਦੇ ਦੀ ਗੱਲ ਕਰ ਰਹੇ ਹੋ? ਟੋਸਟਰ ਮਾਈਂਡ ਟੋਸਟਰ ਵੀ ਆਇੰਦਾ ਨਾਂ ਸੀ ਜਿਹੜੇ ਪੇ ਕਹਿੰਦੇ ਸੀ ਕਿ ਤੁਸੀਂ ਵੀਡੀਓ ਬਿਆਨ ਜਾਰੀ ਕਰੋ। ਹਾਂ ਜੋਇਆ ਸਾਹਿਬ, ਅਸਲ 'ਚ ਨਾ ਜੋਇਆ ਸਾਹਿਬ ਕਹਿੰਦੇ ਨੇ ਕਿ ਕੋਈ ਨਵਾਂ ਬਿਆਨ ਜਾਰੀ ਕਰੋ ਤੇ 10-15 ਮਿੰਟ ਦਾ ਕਰਿਆ ਜੇ, ਤਾਂ ਕਿ ਉਹਦੇ 'ਚ ਕੋਈ ਐਸੀ ਗੱਲ ਲੱਭ ਜੇ ਜਿਹਦੇ ਨਾਲ ਅਸੀਂ ਆਪਣੇ ਐਬਾਂ 'ਤੇ ਪਰਦਾ ਪਾ ਲਈਏ। ਹੁਣ ਸਾਨੂੰ ਜਿਹੜੀ ਪਿਛਲੀ ਗੱਲ ਹੈ ਉਹਦੇ 'ਚ ਕੋਈ ਗੱਲ ਸਮਝ ਨਹੀਂ ਪਈ ਆਉਂਦੀ ਵੀ ਤੁਹਾਨੂੰ ਕਿੱਧਰੋਂ ਫੜੀ ਆਏ। ਤੁਸੀਂ ਤਾਂ ਗੋਲ ਮੋਲ ਹੋਏ ਪਏ, ਤੁਸਾਂ ਤਾਂ ਆਖਿਆ ਪਿੱਛੇ 500 ਯੂਰੋ ਤੁਹਾਨੂੰ ਦਿਆਂਗੇ ਜੇ ਤੁਸੀਂ ਇਹ ਆਪਣਾ ਦਾਅਵਾ ਸਾਬਤ ਕਰਦੇ ਹੋ ਜਿਹੜਾ ਤੁਸੀਂ ਡਾਕਟਰ ਅਹਿਮਦ ਦੀਦਾਰ ਦੇ ਬਾਰੇ ਝੂਠ ਬੋਲਿਆ ਕਿ ਡਾਕਟਰ ਅਹਿਮਦ ਦੀਦਾਰ ਦਾ ਇਹ ਅਕੀਦਾ ਸੀ ਕਿ ਮਸੀਹ ਅਲੈਹਿ ਸਲਾਮ ਨੂੰ ਸਲੀਬ 'ਤੇ ਦਿੱਤੀ ਗਈ ਹੈ, ਲੇਕਿਨ ਉਹਨਾਂ ਨੂੰ ਉਹਦੇ 'ਤੇ ਮੌਤ ਨਹੀਂ ਆਈ। ਕਹਿੰਦੇ ਨੇ ਕਿ ਇਹ ਗੱਲ ਤਾਂ ਤੁਸੀਂ ਕਰਕੇ ਅਤੇ ਤੁਸੀਂ ਤਾਂ ਆਪਣੀ ਗੱਲ ਮੁਕਾ ਲਈਏ, ਅਸੀਂ ਹੁਣ ਕਿੱਧਰ ਜਾਈਏ? ਕਹਿੰਦੇ ਨੇ ਤੁਸੀਂ ਦੁਬਾਰਾ ਕੋਈ ਨਵਾਂ ਬਿਆਨੀਆ, ਬਾਈ ਕਿਹੜਾ ਨਵਾਂ ਬਿਆਨੀਆ ਜਾਰੀ ਕਰੀਏ? ਬਿਆਨੀਆ ਇੱਕ ਵਾਰੀ ਜਾਰੀ ਕੀਤਾ, ਦੋ ਵਾਰੀ ਕੀਤਾ, ਤੀਜੀ ਵਾਰੀ ਕੀਤਾ, ਫਿਰ ਫੋਨ 'ਤੇ ਕੀਤਾ, ਮਤਲਬ 30 ਮਿੰਟ ਦੀ ਸ਼ਾਇਦ ਉਹ ਕਾਲ ਹੈ ਉਹ ਜਾਰੀ ਕੀਤਾ, ਕਿੰਨਾ ਕੁ ਬਿਆਨੀਆਂ ਜਾਰੀ ਕਰੀਏ? ਤੁਸੀਂ ਆਪੋ ਦੱਸੋ ਜਿਹੜੇ ਲਫ਼ਜ਼ ਤੁਸੀਂ ਆਖਣਾ ਚਾਹੁੰਦੇ ਹੋ ਜਾਂ ਖਵਾਉਣਾ ਚਾਹੁੰਦੇ ਹੋ, ਮੈਂ ਉਹ ਆਖ ਦੇਣਾ ਤਾਂ ਕਿ ਤੁਹਾਡਾ ਕੋਈ ਮਵਾਦ ਹੱਥੀ ਆ ਜਾਵੇ। ਕਿਹੜੇ ਲਫ਼ਜ਼, ਕਿਹੜੇ ਲਫ਼ਜ਼ ਮੈਂ ਆਖਾਂ ਤੇ ਤੁਹਾਡੀ ਤੁਹਾਡਾ ਕੰਮ ਬਣ ਜਾਏਗਾ? ਅਮਰ ਸਾਹਿਬ, ਹੁਣ ਅਕਸਰ ਕੁਐਸਚਨ ਕੀਤਾ ਸੀ, ਜਾਨ ਕੁਰਾਨ ਹਦੀਸ ਵੱਲੇ ਜਾਂ ਕਿ ਜਿਹੜਾ ਦਿਲ ਕਰਦਾ ਉਸ ਬਜ਼ੁਰਗ ਨੂੰ ਮੰਨ ਲੈਂਦੇ, ਜਿਹਦਾ ਦਿਲ ਕਰਦਾ ਉਹਨੂੰ ਕਹਿ ਦਿੰਦੇ ਕਿ ਮੈਂ ਨੀ ਕਿਸੇ ਨੂੰ ਵੀ ਮੰਨਦਾ ਕੁਰਾਨ ਹਦੀਸ ਤੋਂ ਇਲਾਵਾ ਗੱਲ ਨਹੀਂ ਕਰਦਾ? ਜੇ ਕੁਰਾਨ ਹਦੀਸ ਤੋਂ ਗੱਲ ਕਰੀਏ ਤਾਂ ਤੁਸੀਂ ਕਹਿੰਦੇ ਜੀ ਸਾਹਿਬ ਆਪਣਾ ਲੈਂਦੇ ਹੋ, ਇਹ ਗੱਲ ਤਾਂ ਬਹੁਤ ਆਸਾਨ ਹੈ। ਮੰਨਣੇ ਅਸੀਂ ਕੁਰਾਨ ਔਰ ਹਦੀਸ ਨੂੰ ਆ, ਲੇਕਿਨ ਅਗਰ ਕਿਸੇ ਵੀ ਆਲਮੇ ਦੀਨ ਉੱਤੇ ਕੋਈ ਬੰਦਾ ਆਪਣੇ ਰੋਟੀ ਖਾ ਲਓ ਯਾਰ, ਮਤਲਬ ਉਹਨੀ ਦੇਰ ਕਿਸੇ ਹੋਰ ਨੂੰ ਗੱਪਸ਼ਪ ਲਾਣੀ, ਚਲੋ ਮੈਂ ਮਿਊਟ ਕਰ ਲੈਣਾ, ਠੀਕ, ਫਜ਼ੂਲ ਗੱਲ ਹੈ, ਮਿਊਟ ਮੈਂ ਮਿਊਟ ਕਰ ਲਾਂ, ਠੀਕ। ਮਤਲਬ ਕੈਸਰ ਸਾਹਿਬ ਮੌਜੂਦ ਹੋ? ਮੈਂ ਕਹਿਣਾ ਜੀ, ਮੈਂ ਤਾਂ ਤੁਸੀਂ ਲਿਆ ਨਹੀਂ ਜਦੋਂ ਤੁਸੀਂ ਆਏ। ਅੱਛਾ ਯਾਰ, ਕੱਲ ਕੱਲ ਇੱਕ ਦੋ ਨਾਮ ਯਾਦ ਕਰਾਇਆ ਆਉਣ ਵਾਲੇ, ਤੱਕ ਯਾਦ ਹਨ? ਬਿਲਕੁਲ ਯਾਦ ਹਨ। ਅਸਲਮ ਕੁਰੈਸ਼ੀ ਦਾ? ਬਿਲਕੁਲ, ਅਸਲਮ ਕੁਰੈਸ਼ੀ ਦਾ ਨਾਮ ਮੈਂ ਲਿਖ ਕੇ ਰੱਖਿਆ। ਅੱਛਾ, ਰਹਿਮਾਨ ਸਾਹਿਬ ਦਾ ਵੀ ਯਾਦ ਹੈ? ਅੱਛਾ, ਤੇ ਇਹ ਕੋਈ ਸਰਚ ਕਰਨਾ ਖੁਦ? ਅੱਛਾ, ਇੱਕ ਇੱਕ ਗੱਲ ਹੋਰ ਅੱਜ ਅਲਾਮਾ ਅਮਰ ਨਜ਼ੀਰ ਸਾਹਿਬ ਨੇ ਕੀਤੀ ਹੈ ਜਿਹੜੀ ਕਾਬਲੇ ਤਵੱਜੋ ਹੈ ਬਹੁਤ ਸਾਰੀਆਂ ਗੱਲਾਂ 'ਚ। ਅਮਨ ਨਜ਼ੀਰ ਸਾਹਿਬ ਨੇ ਇੱਕ ਪੁਰਾਣੀ ਆਪਣੇ ਮੁਕਾਬਲੇਬਾਜ਼ੀ ਔਰ ਬੜਕਬਾਜ਼ੀ ਦਾ ਇਜ਼ਹਾਰ ਕੀਤਾ ਡਾਕਟਰ ਇਸਰਾਰ ਸਾਹਿਬ ਦਾ, ਕਿ ਇਹ ਡਾਕਟਰ ਸਾਹਿਬ ਨੇ ਇਹ ਨਹੀਂ ਕਿਹਾ ਕਿ ਹਯਾਤ ਮਸੀਹ ਦਾ ਜਿਹੜਾ ਅਕੀਦਾ ਹੈ ਇਹ ਨਸਾਰਾ ਵੱਲੋਂ ਜਾਂ ਮਸੀਹਤ ਵੱਲੋਂ ਹੁੰਦਾ ਹੋਇਆ ਸਾਡੇ ਤੱਕ ਆਇਆ, ਇਹਦੇ 'ਚ ਕੁਰਾਨ ਦੇ ਵਿੱਚ ਹਯਾਤ ਮਸੀਹ ਦਾ ਜ਼ਿਕਰ ਨਹੀਂ। ਇਹ ਇਹਨੇ ਕਿਹਾ ਕਿ ਇੱਕ ਇੱਕ ਲਫ਼ਜ਼ ਦੇ ਉੱਤੇ ਨਾ ਪਤਾ ਨਹੀਂ ਕਿਤਨੇ ਕਿਤਨੇ ਹੈ, 100-100 ਯੂਰੋ ਕੇ ਪਤਾ ਨਹੀਂ ਕਿਤਨੇ ਕਿਤਨੇ ਰੋਡ, ਇਹ ਤਾਂ ਇੱਕ ਇਹਨਾਂ ਨੂੰ ਪਤਾ ਨਹੀਂ ਡਾਲਰਾਂ ਦਾ ਅਤੇ ਯੂਰੋਆਂ ਦਾ ਬੜਾ ਮਾਣ ਹੈ, ਸਮਝਦੇ ਨੇ ਕਿ ਸਾਰੇ ਬੜੇ ਮਰੂਬ ਹੋ ਜਾਂਦੇ ਨੇ, ਉਹ ਇੰਨੇ ਪੈਸੇ ਆ ਗਏ ਪਾਕਿਸਤਾਨ ਦੇ, ਇੰਨੇ ਰੁਪਏ ਬਣ ਜਾਣੇ। ਇਹ ਬਹਰਹਾਲ
ਇਹਨ ਕਿਉਂ ਕਹਿ ਰਹੇ ਨੇ ਇੱਕ ਮਜ਼ਹਬ ਨੂੰ ਇੱਕ ਕਾਰੋਬਾਰ ਦੀ ਹੈਸੀਅਤ ਦੇ ਰੱਖੀ ਕਿ ਇੱਥੋਂ ਡਾਲਰ ਆ ਜਾਣ, $300 ਆ ਜਾਣ, $100 ਆ ਜਾਏ, ਇਹਨਾਂ ਦਾ ਕਾਰੋਬਾਰ ਹੀ ਇਸ 'ਤੇ ਚੱਲਦਾ ਹੋਵੇਗਾ ਸ਼ਾਇਦ, ਵੱਲਾ ਆਲਮ ਬਿਸਵਾਬ। ਇਹ ਹੁਣ ਤੁਸੀਂ ਕੈਸਰ ਸਾਹਿਬ ਖੁਦ ਸਰਚ ਕਰਨੀ ਹੈ, ਤੁਹਾਨੂੰ ਬੜੀ ਆਸਾਨੀ ਨਾਲ ਮਿਲ ਜਾਏਗਾ ਡਾਕਟਰ ਸਾਰਾ ਰਹਿਮ ਸਾਹਿਬ ਦਾ ਬਿਆਨ ਕਿ ਹੈ ਅਤੇ ਮਸੀਹ ਦਾ ਅਕੀਦਾ ਕਿੱਥੋਂ ਆਇਆ। ਵਟਸਐਪ ਦੇ ਵਿੱਚ ਤਾਂ ਮੇਰੇ ਕੋਲ ਹੈ ਨੇ, ਅਗਰ ਤੁਸੀਂ ਮੈਨੂੰ ਆਪਣਾ ਵਟਸਐਪ ਦਾ ਦਿਓਗੇ ਮੈਂ ਤੁਹਾਨੂੰ ਉਹ ਲਿੰਕ ਜਿਹੜਾ ਉਹ ਫਾਰਵਰਡ ਵੀ ਕਰ ਸਕਦਾ। ਔਰ ਲੇਕਿਨ ਇੱਥੇ ਚੂੰਕਿ ਟਿਕਟਾਕ ਦੇ ਵਿੱਚ ਮੈਨੂੰ ਉਹ ਮਹਾਰਤ ਨਹੀਂ ਕਿ ਮੈਂ ਪ੍ਰਾਈਵੇਟਲੀ ਤੁਹਾਨੂੰ ਉਹ ਭੇਜ ਸਕਾਂ, ਲੇਕਿਨ ਇਹਦੇ 'ਚ ਕਤਨ ਕੋਈ ਸ਼ੱਕ ਨਹੀਂ ਕਿ ਡਾਕਟਰ ਸਰਾਫ ਸਾਹਿਬ ਨੇ ਵਾਜ਼ੇ ਤੌਰ 'ਤੇ ਇਹ ਗੱਲ ਕੀਤੀ ਹੈ। ਔਰ ਅਮਰ ਅਜ਼ੀਜ਼ ਸਾਹਿਬ ਨੇ ਐਸੀ ਤਰ੍ਹਾਂ ਹੀ ਜਦੋਂ ਬੜਕਾਂ ਲਾਉਣ 'ਤੇ ਆਉਂਦੀ ਹੈ ਨਾ ਵਾਬੀਅਤ, ਉਦੋਂ ਤਾਂ ਕਹਿੰਦੀ ਹੈ ਕਿ ਇੰਝ ਹੋ ਗਿਆ ਅਤੇ ਸਾਨੂੰ ਚੌਕ 'ਚ ਗੋਲੀ ਮਾਰ ਦੇਣਾ। ਅਸਲਮ ਕੁਰੈਸ਼ੀ ਦੀ ਲਾਸ਼ ਅਗਰ ਕਸਰੇ ਖਿਲਾਫ 'ਚ ਨਾ ਨਿਕਲੇ ਤਾਂ ਮੈਨੂੰ ਇੱਥੇ ਟੈਂਪ ਟਾਸ ਕਰ ਦੇਣਾ, ਚੌਕ 'ਚ ਗੋਲੀ ਮਾਰ ਦੇਣਾ। ਜਦੋਂ ਬਰਾਮਦ ਹੋ ਜਾਂਦਾ ਬੰਦਾ ਉਦੋਂ ਕੰਨ 'ਤੇ ਜੂੰ ਨਹੀਂ ਰਿੰਗਦੀ, ਫਿਰ ਕਹਿੰਦੇ ਕਿਹੜੀ ਵੱਡੀ ਗੱਲ ਹੋ ਗਈ। ਮਤਲਬ ਕੈਸਰ ਸਾਹਿਬ ਐਡੀ ਵੱਡੀ ਗੱਲ ਕੀਤੀ ਬੇਹਿੱਸੀ ਦਾ ਔਰ ਇੱਕ ਡਿਟਾਈ ਦਾ, ਇੱਕ ਬਦਤਰੀਨ ਜਿਹੜੀ ਮਿਸਾਲ ਹੋ ਸਕਦੀ ਹੈ ਨਾ ਉਹ ਅਮਰ ਨਜ਼ੀਰ ਸਾਹਿਬ ਨੇ ਕੱਲ੍ਹ ਦਿੱਤੀ ਹੈ। ਕਹਿੰਦੇ ਕਿਹੜੀ ਵੱਡੀ ਗੱਲ ਹੋ ਗਈ। ਔਰ ਪਾਕਿਸਤਾਨ ਦੇ ਵਿੱਚ ਅਹਿਮਦੀਆਂ ਦੇ ਉੱਤੇ ਜਿਹੜਾ ਆਰਡੀਨੈਂਸ ਨਾਫਜ਼ ਹੋਇਆ, ਇਮਤਨਾਏ ਕਾਦੀਆਨੀਅਤ ਆਰਡੀਨੈਂਸ ਜਿਹੜੀ ਜ਼ਿਆਉਲ ਹੱਕ ਨੇ ਉੱਥੇ ਲਾਈ, ਉਹਦੀ ਬੁਨਿਆਦ ਹੀ ਅਸਲਮ ਕੁਰੈਸ਼ੀ ਹੈ। ਇਹ ਵਾਬੀਅਤ ਕਹਿੰਦੀ ਕਿਹੜੀ ਵੱਡੀ ਗੱਲ ਹੋ ਗਈ। ਫਿਰ ਜਾਣਾ ਪੈਂਦਾ ਲਾ ਮਹਾਲਾ, ਮਤਲਬ ਕੈਸਰ ਸਾਹਿਬ ਪਿਛਲੇ ਕਿ ਇਹਨਾਂ ਨੇ ਕੀ ਕਰਕੇ ਅਤੇ ਕੀ ਕੁਛ ਹਜ਼ਮ ਕੀਤੇ ਬੈਠੇ ਨੇ। ਕੌਣ ਲਓਗੇ ਤੁਸੀਂ? ਬੜੇ ਗਲਤ ਕੀਤੇ ਰੱਖੇ ਨੇ। ਸਿੱਧਾ ਸਿੱਧਾ ਕੁਰਾਨ ਉਹ ਦੇਸ਼ 'ਤੇ ਰੱਖੋ, ਕਿਹਦਾ ਬਸ ਗੱਲ ਖਤਮ ਬਾਈ। ਉਹ ਗੱਲ ਤਾਂ ਹੈ, ਮੈਂ ਮੇਰਾ ਅਕੀਦਾ ਜਿਹੜਾ ਮੈਂ ਕਹਿ ਦੱਸਾਂ, ਕਿੰਨੀ ਵਾਰੀ ਦੱਸ ਬੈਠਾ। ਹੁਣ ਤਾਂ ਮੈਂ ਤੁਹਾਡੇ ਕੋਲ ਪੁੱਛਾਂ, ਤੁਹਾਨੂੰ ਵੀ ਯਾਦ ਹੋਣਾ ਕਿਹੜੀ ਹੁਜਤ ਹੈ ਤੁਹਾਡੇ ਲਈ। ਹੁਜਤ ਹੈ ਕੁਰਾਨ ਪਾਕ ਔਰ ਰਸੂਲ ਅੱਲਾਹ ਸੱਲੱਲਾਹੁ ਅਲੈਹਿ ਵਸੱਲਮ ਦੀ ਸੁਨਨਤ, ਬਸ ਖਤਮ ਗੱਲ। ਔਰ ਖਤਮ ਨਬੂਤ ਦਾ ਕੀ ਮਫਹੂਮ ਮੈਂ ਬਿਆਨ ਕੀਤਾ ਕਿ ਕੋਈ ਨਵਾਂ ਪੁਰਾਣਾ ਨਬੀ ਨਹੀਂ ਆ ਸਕਦਾ, ਕੋਈ ਨਬੀ ਨਹੀਂ ਆ ਸਕਦਾ, ਬਿਲਕੁਲ। ਔਰ ਇਹ ਸਾਰੇ ਜਿਹੜੇ ਨੇ ਗੈਰ ਅਹਿਮਦੀ ਜਿਹੜੇ ਨੇ, ਅਹਿਲ ਹਦੀਸ, ਵਾਹ ਦਿਓਬੰਦੀ, ਬਰੇਲਵੀ, ਸ਼ੀਆ, ਸਾਰੇ ਖਤਮ ਨਬੂਤ ਦੇ ਮੁਨਕਰ ਨੇ। ਔਰ ਖਤਮ ਨਬੂਤ ਦਾ ਪਰਚਮ ਅਗਰ ਲੈਣ ਦਾ ਕਿਸੇ ਨੂੰ ਹੱਕ ਹੈ ਉਹ ਜਮਾਤ ਅਹਿਮਦੀਆ ਕੋਲ। ਬਿਲਕੁਲ ਸਹੀ ਕਿਹਾ। ਇਹ ਸਾਰੇ ਜਿਹੜਾ ਨਾ ਕੋਈ ਨਾ ਕੋਈ ਇਹ ਮੰਨਦੇ ਨੇ ਕੁਛ ਨਾ ਕੁਛ, ਲੇਕਿਨ ਦੱਸਦੇ ਨਹੀਂ ਹੈ। ਮੈਂ ਜਿਹੜਾ ਉੱਥੇ ਮਲਕ ਇਮਰਾਨ ਬੈਠਾ ਨਾ, ਇਹ ਵੀ ਕੁਝ ਨਾ ਕੁਝ ਮੰਨਦਾ। ਉਹ ਲਿਓ ਜੀ ਚੰਗੇ ਖਾਨ ਸਾਹਿਬ ਕਹਿੰਦੇ ਨੇ ਕਾਲ ਤੇ ਲਓ। ਮਲਕ ਸਾਹਿਬ ਇੱਕ ਚੀਜ਼ ਤਾਂ ਤੁਸੀਂ ਮੰਨੋਗੇ ਕਿ ਜਮਾਤੇ ਅਹਿਮਦੀਆਂ ਨੇ ਫਿਰਕੇ ਖਤਮ ਕਰਾ ਛੱਡੇ ਨੇ। ਜਮਾਤੇ ਅਹਿਮਦੀਆਂ ਨੇ ਵਿੱਚ ਆਪਣੇ ਨਵੇਂ ਬਣਾ ਵੀ ਦਿੱਤੇ ਨੇ, ਵੈਸੇ ਦੋਏ ਕੰਮ ਕੀਤੇ ਨੇ। ਸਲਾਮ ਅਲੈਕੁਮ ਰਹਿਮਤੁਲਲਾਹ। ਵਾਸਲਾਮ ਚੰਗੇਜ਼ ਬਾਈ, ਕੀ ਹਾਲ ਹੈ ਜੀ? ਠੀਕ ਠਾਕ। ਮੈਂ ਹਾਜ਼ਰ ਹੋਇਆ ਸੀ ਕਿ ਮੈਂ ਦੋਨਾਂ ਪਾਰਟੀਆਂ ਨੂੰ ਹਾਮੀ ਭਰੀ ਸੀ ਪੈਸਿਆਂ ਦੀ ਨਾ। ਅੱਛਾ ਅੱਛਾ ਅੱਛਾ, ਮਾਸ਼ਾ ਅੱਲਾ ਮਾਸ਼ਾ, ਤੁਹਾਨੂੰ ਪਤਾ ਹੋਏਗਾ। ਬਿਲਕੁਲ ਬਿਲਕੁਲ ਬਿਲਕੁਲ, ਠੀਕ ਹੈ। ਅਤੇ ਪਹਿਲੀ ਗੱਲ ਤਾਂ ਮੈਂ ਆਪਣਾ ਡਾਕਟਰ ਡੇਰਿੰਗ ਦਾ ਲੱਖ ਰੁਪਏ ਦੀ ਗੱਲ ਕਰਾਂਗਾ ਕਿ ਇਹਨਾਂ ਨੇ
ਹਾਰ ਕੇ ਲੱਖ ਰੁਪਇਆ ਅਤੇ ਬਾਅਦ 'ਚੋਂ ਇਹ ਸ਼ਰਤ ਲਗਾ ਦਿੱਤੀ ਕਿ ਮੈਨੂੰ ਅਰਬੀ 'ਚ ਉਹ ਲਫਜ਼ ਕੱਢ ਕੇ ਦਿਖਾਓ ਅਤੇ ਜੇ ਇਹਨਾਂ ਨੇ ਇਹ ਗੱਲ ਪਹਿਲੇ ਕੀਤੀ ਹੋਏ ਮੈਂ ਇਹਨਾਂ ਨੂੰ ਚੈਲੰਜ ਕਰਨ ਆਇਆ ਇੱਕ ਜੇ ਇਹਨਾਂ ਨੇ ਇਹ ਗੱਲ ਡੇਰਿੰਗ ਸਾਹਿਬ ਨੇ ਪਹਿਲੇ ਕੀਤੀ ਹੋਈ ਕਿ ਮੈਨੂੰ ਤੁਸੀਂ ਅਰਬੀ 'ਚ ਦਿਖਾਓਗੇ ਉਰਦੂ 'ਚ ਮੈਂ ਨਹੀਂ ਮੰਨਾਂਗਾ ਅਤੇ ਫਿਰ ਤਾਂ ਲੱਖ ਰੁਪਇਆ ਦਿਆਂਗੇ ਇਹਨਾਂ ਨੂੰ ਅਸੀਂ ਇੱਥੇ ਅਤੇ ਜੇ ਇਹਨਾਂ ਨੇ ਕਿਹਾ ਕਿ ਮੈਨੂੰ ਉਰਦੂ 'ਚ ਹੀ ਦਿਖਾ ਦਿਓ ਅਤੇ ਬਾਅਦ 'ਚੋਂ ਇਹਨੂੰ ਅਸੀਂ ਉਰਦੂ 'ਚ ਹੀ ਇਹਨਾਂ ਨੂੰ ਦਿਖਾ ਦਿੱਤਾ ਹੋਏ ਅਤੇ ਬਾਅਦ 'ਚੋਂ ਇਹ ਮੁਕਰ ਕੇ ਕਹਿਣ ਕਿ ਮੈਨੂੰ ਨਹੀਂ ਉਰਦੂ 'ਚ ਮੈਂ ਨਹੀਂ ਮੰਨਦਾ ਮੈਨੂੰ ਅਰਬੀ 'ਚ ਦਿਖਾਓ ਅਤੇ ਫਿਰ ਦੱਸੋ ਕਿ ਕੀ ਇਲਾਜ ਹੋਣਾ ਚਾਹੀਦਾ ਮਲਿਕ ਸਾਹਿਬ ਤੁਹਾਡੇ ਹਵਾਲੇ ਜੇ ਗੱਲ ਹੈ ਮੈਂ ਕੀਤੀ ਤੁਸੀਂ ਬੜੇ ਮੋਤਬਰ ਬੰਦੇ ਹੋ ਦੇਖੋ ਮੈਨੂੰ ਉਹਨਾਂ ਦੀ ਪਿਛਲੀ ਗੱਲ ਦਾ ਤਾਂ ਇਲਮ ਨਹੀਂ ਲੇਕਿਨ ਮੇਰੇ ਹਿਸਾਬ ਨਾਲ ਜਦੋਂ ਮੈਂ ਜਿਹੜੀ ਗੱਲ ਕਰ ਰਿਹਾ ਨਾ ਸਿਰਫ ਉਹਦਾ ਦੱਸੋ ਮੈਂ ਸਾਬਤ ਕਰਾਂਗਾ ਕਿ ਡਾਕਟਰ ਡੇਰਿੰਗ ਸਾਹਿਬ ਨੇ ਕਿਹਾ ਸੀ ਕਿ ਉਹਨੇ ਕਾਲੂ ਨੇ ਕਿਹਾ ਕਿ ਦੋ ਜ਼ਰਦ ਚਾਦਰਾਂ ਜਿਹੜੀਆਂ ਨੇ ਕੁਫਾਰ ਦਾ ਰੰਗ ਸੀ ਕਿ ਉਹ ਇਹਨਾਂ ਨੇ ਆਖਿਆ ਤੂੰ ਮੈਨੂੰ ਉਰਦੂ 'ਚ ਹੀ ਦਿਖਾ ਠੀਕ ਹੈ ਉਹ ਉਰਦੂ 'ਚ ਤਹਿਰੀਰ ਇਹਨਾਂ ਨੇ ਡਾਕਟਰ ਡੇਰਿੰਗ ਸਾਹਿਬ ਨੇ ਕਿਹਾ ਕਿ ਉਰਦੂ 'ਚ ਮੈਨੂੰ ਉਹ ਤਹਿਰੀਰ ਦਿਖਾ ਦੇ ਅਤੇ ਜਦੋਂ ਇਹਨਾਂ ਨੂੰ ਉਹ ਉਰਦੂ 'ਚ ਤਹਿਰੀਰ ਦਿਖਾ ਦਿੱਤੀ ਜਦੋਂ ਇਹਨਾਂ ਨੂੰ ਪਤਾ ਚੱਲ ਗਿਆ ਕਿ ਇਹਨਾਂ ਦੀ ਚਾਰਪਾਈ ਢਿੱਲੀ ਹੋ ਗਈ ਹੈ ਅਤੇ ਫਿਰ ਇਹਨਾਂ ਨੇ ਬਾਅਦ 'ਚੋਂ ਕਹਿ ਦਿੱਤਾ ਨਹੀਂ 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 ਮੈਨੂੰ ਅਰਬੀ ਦਿਖਾਓ ਇਹਦੀ ਜੇ ਇਹਨਾਂ ਨੇ ਪਹਿਲੇ ਕਿਹਾ ਹੋਇਆ ਗੱਲ ਕਿ ਮੈਨੂੰ ਅਰਬੀ 'ਚ ਦਿਖਾਓਗੇ ਤਾਂ ਮੈਂ ਫਿਰ ਮੰਨਾਂਗਾ ਅਤੇ ਲੱਖ ਰੁਪਇਆ ਦਾਂਗਾ ਮੈਂ ਅਤੇ ਜੇ ਇਹਨਾਂ ਨੇ ਗੱਲ ਜਿਹੜੀ ਕੀਤੀ ਹੈ ਉਹਦੇ 'ਤੇ ਪੂਰਾ ਨਾ ਉਤਰੇ ਅਤੇ ਫਿਰ ਮਲਿਕ ਸਾਹਿਬ ਤੁਸੀਂ ਹਾਮੀ ਭਰ ਦਿਓ ਜੇ ਇੱਥੇ ਲਾਗੇ ਬਹਿ ਕੇ ਕਿ ਤੁਸੀਂ ਲੱਖ ਭਰੋਗੇ ਬੜੀਆਂ ਸੌਖੀਆਂ ਹੁੰਦੀਆਂ ਨੇ ਮੈਂ ਬਿਲਕੁਲ ਅਗਰ ਡਾਕਟਰ ਸਾਹਿਬ ਕਹਿ ਦੇਣ ਨਹੀਂ ਨਹੀਂ ਡਾਕਟਰ ਸਾਹਿਬ ਨਹੀਂ ਕਹਿਣਾ ਮੈਂ ਤੁਹਾਨੂੰ ਰਿਕਾਰਡਿੰਗ ਸੁਣਾਉਣੀ ਹੈ ਤੁਹਾਨੂੰ ਪੈਸੇ ਮੈਂ ਤੁਹਾਨੂੰ ਰਿਕਾਰਡਿੰਗ ਸੁਣਾਉਣੀ ਹੈ ਜੇ ਡਾਕਟਰ ਮੈਂ ਸਾਬਤ ਕਰਾਂਗਾ ਜੇ ਡਾਕਟਰ ਡੇਰਿੰਗ ਨੇ ਕਿਹਾ ਹੋਏ ਕਿ ਮੈਂ ਅਰਬੀ 'ਚ ਦਿਖਾਵਾਂਗਾ ਅਤੇ ਫਿਰ ਮੈਂ ਮੰਨਾਂਗਾ ਅਰਬੀ 'ਚ ਦਿਖਾਓਗੇ ਅਤੇ ਫਿਰ ਮੈਂ ਮੰਨਾਂਗਾ ਜ਼ਰਦ ਰੰਗ ਦੀਆਂ ਚਾਦਰਾਂ ਇਹ ਗੱਲ ਹੋਈ ਹੋਈ ਲੱਖ ਰੁਪਏ ਇੱਕ ਮਿੰਟ ਆਮਰ ਸਾਹਿਬ ਤੁਸੀਂ ਨਹੀਂ ਵਿੱਚ ਬੋਲਣਾ ਮੈਂ ਮਲਿਕ ਸਾਹਿਬ ਇੱਕ ਸੈਕਿੰਡ ਉਹਨਾਂ ਨੂੰ ਪਤਾ ਹੀ ਨਹੀਂ ਨਾ ਗੱਲ ਦਾ ਮਲਿਕ ਕੈਸਰ ਸਾਹਿਬ ਨੂੰ ਗੱਲ ਦਾ ਪਤਾ ਹੀ ਨਹੀਂ ਨਾ ਮਤਲਬ ਮੈਂ ਦੱਸਣ ਡਿਆ ਨਾ ਗੱਲ ਮੇਰੇ ਮੂੰਹ 'ਚ ਜ਼ਬਾਨ ਹੈਗੀ ਮੈਂ ਦੱਸਣ ਡਿਆ ਮਲਿਕ ਸਾਹਿਬ ਤੁਸੀਂ ਪਹਿਲਾਂ ਪਿਛਲੀ ਨਿਬੇੜ ਲਓ ਫਿਰ ਮਲਿਕ ਸਾਹਿਬ ਜੋ ਤੁਸੀਂ ਆਖੋਦੇ ਉਂਝ ਕਰ ਲਾਂਦੇ ਪਹਿਲਾਂ ਪਿਛਲੀ ਨਿਬੇੜ ਲਓ ਪਿਛਲੀ ਹਰ ਸ਼ੈ ਨਿਬੇੜਨ ਆਇਆ ਮੈਂ ਅੱਜ ਫਿਕਰ ਨਾ ਕਰੋ ਹਰ ਸ਼ੈ ਨਿਬੇੜੋ ਇਹ ਜਿਹੜੀ ਲੱਗੀ ਹੈ ਨਿਬੇੜੋਗੇ ਹਾਂ ਇਹ ਵੀ ਨਿਬੇੜ ਲੈਨੇ ਆ ਆਪਣੀ ਗੱਲ ਤੋਂ ਫਿਰ ਗਿਆ ਤੇ ਉਹਦਾ ਲੱਖ ਰੁਪਇਆ ਤੁਸੀਂ ਦਿਓਗੇ ਮੰਨ ਲਓ ਇੱਥੇ ਗੱਲ ਮੰਨੋ ਚਲੋ ਤੁਸੀਂ ਇੱਥੇ ਬੜੇ ਚੈਲੰਜ ਕਰਦੇ ਜੇ ਮਰਜ਼ਾਈ ਭੱਜ ਗਏ ਸਾਰਾ ਦਿਨ ਮੈਂ ਸੁਣਨਾ ਮਰਜ਼ਾਈ ਭੱਜ ਗਏ ਇਹਨਾਂ ਦੇ ਪੱਲੇ ਕੁਛ ਨਹੀਂ ਇਹਨਾਂ ਨੂੰ ਚੰਦੇ ਦੇਣੇ ਨੇ ਫਲਾਣ ਕਰਨਾ ਆਓ ਮਾਈਕ ਖੋਲੋ ਮਲਿਕ ਸਾਹਿਬ ਦੱਸੋ ਮੈਨੂੰ ਪਹਿਲਾਂ ਇਸ ਗੱਲ ਦਾ ਫੈਸਲਾ ਹੋ ਜੇ ਫਿਰ ਉਹਦੇ ਬਾਅਦ ਜੋ ਤੁਸੀਂ ਆਖੋਦੇ ਅਮਰ ਸਾਹਿਬ ਇੱਕ ਮਿੰਟ ਆਖੋਦੇ ਕਰ ਲਓ ਤੁਸੀਂ ਅਮਰ ਸਾਹਿਬ ਤੁਸੀਂ ਨਹੀਂ ਵਿੱਚ ਬੋਲਣਾ ਮੈਂ ਮਲਿਕ ਸਾਹਿਬ ਨਾਲ ਗੱਲ ਕਰਨੀ ਹੈ ਹਾਂਜੀ ਮਲਿਕ ਸਾਹਿਬ ਮਾਈਕ ਪੱਟੋ ਤੇ ਦੱਸੋ ਮੈਨੂੰ ਕੀ ਜ਼ਿਆ ਭਾਈ ਅਗਰ ਮੌਜੂਦ ਨੇ ਤੇ ਉਹ ਦੱਸ ਦੇ ਮੈਂ ਜਿਹੜੀ ਗੱਲ ਇੱਕ ਮਿੰਟ ਅਸੀਂ ਮਲਿਕ ਸਾਹਿਬ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਮੈਂ ਨਾ ਜ਼ਿਆ ਭਾਈ ਨੂੰ ਵਿੱਚ ਪਾਣਿਆ ਨਾ ਮੈਂ ਕਹਿਣਿਆ ਕਿ ਕੱਲ ਨੂੰ ਆਏਗਾ ਤੇ ਉਹ ਪਾਣੀ ਸੁਣਾਏਗਾ ਮੇਰੇ ਕੋਲ ਜਿਹੜੀ ਇਸ ਟਾਈਮ ਹੈਗੀ ਹੈ ਗੱਲ ਉਹ ਮੇਰੇ ਕੋਲ ਰਿਕਾਰਡਿੰਗ ਮੌਜੂਦ ਹੈ ਕੋਈ ਉਹਦੇ ਤੋਂ ਭੱਜ ਨਹੀਂ ਸਕਦਾ
ਜੇ ਉਸ ਰਿਕਾਰਡਿੰਗ ਦੇ ਵਿੱਚ ਡਾਕਟਰ ਡੇਰਿੰਗ ਨੇ ਪਹਿਲੇ ਕਿਹਾ ਹੋਏ ਕਿ ਮੈਂ ਅਰਬੀ 'ਚ ਦਿਖਾਓਗੇ ਤਾਂ ਮੰਨਾਂਗਾ ਅਤੇ ਫਿਰ ਤਾਂ ਲੱਖ ਰੁਪਇਆ ਦਾਂਗਾ ਮੈਂ, ਅਤੇ ਜੇ ਡਾਕਟਰ ਡੇਰਿੰਗ ਨੇ ਕਿਹਾ ਹੋਏ ਕਿ ਇਹ ਜ਼ਰਦ ਚਾਦਰਾ ਭਾਵੇਂ ਉਰਦੂ 'ਚ ਲਿਖਿਆ ਮੈਨੂੰ ਦਿਖਾ ਦਿਓ ਅਤੇ ਉਹਨੇ ਦਿਖਾਇਆ ਹੋਏ ਤਾਂ ਬਾਅਦ 'ਚੋਂ ਇਹ ਫਿਰ ਗਿਆ ਆਪਣੇ ਪੈਰਾਂ 'ਤੇ ਅਤੇ ਫਿਰ ਲੱਖ ਦਿਓਗੇ ਤੁਸੀਂ ਮਲਿਕ ਸਾਹਿਬ, ਗੱਲ ਕਰੋ ਇੱਥੇ। ਕੈਸੀ ਅਜੀਬ ਗੱਲ ਹੈ, ਚੰਗੇਜ਼ ਖਾਨ ਸਾਹਿਬ ਦਾ ਕਹਿਣਾ ਹੈ ਕਿ ਦੂਸਰੇ ਬੰਦੇ ਦੀ ਗੱਲ ਨਹੀਂ ਸੁਣੀ, ਮੇਰੀ ਗੱਲ ਸੁਣ ਕੇ ਤੇ ਮਲਿਕ ਸਾਹਿਬ ਫੈਸਲਾ ਕਰ ਦਿਓ ਜਨਾਬ। ਵਾਹ ਨਹੀਂ 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 ਗੱਲ ਮੈਂ ਸਾਬਤ ਕਰਾਂਗਾ ਨਾ, ਮੈਂ ਸਾਬਤ ਕਰਾਂਗਾ ਮਲਿਕ ਇਕੱਲੇ ਬੰਦੇ ਨੇ ਕਰਨੀ ਹੈ, ਦੂਜੇ ਵੀ ਨਹੀਂ। ਇੱਕ ਮਿੰਟ ਜੀ, ਚੰਗੇਜ਼ ਖਾਨ ਇਹ ਦਿਖਾ ਦੇਵੇ ਵੀ ਮੈਂ ਕਿਹਾ ਹੋਵੇ ਵੀ ਚੱਲ ਮੈਨੂੰ ਉਰਦੂ 'ਚ ਹੀ ਦਿਖਾ ਦੇ, ਜ਼ਰਦ ਰੰਗ ਦੀ ਉਰਦੂ 'ਚ ਦਿਖਾ ਦੇ, ਇਹ ਮੈਂ ਗੱਲ ਕਹੀ ਹੋਵੇ ਮੈਂ ਲੱਖ ਰੁਪਇਆ ਦਿਆਂਗਾ, ਜੇ ਨਾ ਕਹੀ ਹੋਏ ਤਾਂ ਚੰਗੇਜ਼ ਖਾਨ ਦੇਗਾ। ਇਹਦੇ ਤੇ ਮੈਂ ਇਹ ਸਾਬਤ ਕਰਾਂਗਾ ਕਿ ਮੈਂ ਉਹਨੂੰ ਇਹੀ ਗੱਲ ਕਹੀ ਸੀ, ਮੈਂ ਕਿਹਾ ਜਿਹੜਾ ਮੁਸਲਿਮ ਸ਼ਰੀਫ ਦੇ ਵਿੱਚ ਲਫ਼ਜ਼ ਹੈ ਨਾ ਉਹ ਤੋਂ ਵਿਖਾਣਾ ਹੀ, ਮੈਂ ਸਾਬਤ ਕਰਾਂਗਾ ਤੈਨੂੰ। ਨਾ 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 ਨਾ, ਮੇਰੇ ਕੋਲ ਜਿਹੜੀ ਰਿਕਾਰਡਿੰਗ ਆਈ ਹੈ ਉਹਦੇ ਵਿੱਚ ਸਿਰਫ ਇਹ ਲਿਖਿਆ, ਇਹ ਤੁਸੀਂ ਆਪ ਮੰਨੇ ਉਹਦੇ ਵਿੱਚ ਕਿ ਹਾਂ ਵੀ ਤੂੰ ਮੈਨੂੰ ਲਿਖਿਆ ਹੋਇਆ ਦਿਖਾ ਦੇ ਜ਼ਰਦ ਚਾਦਰਾਂ। ਕਾਲੂ ਨੇ ਕਿਹਾ ਕਿ ਮੈਂ ਉਰਦੂ ਚ ਦਿਖਾਵਾਂਗਾ, ਇਹਨੇ ਕਿਹਾ ਕਿ ਤੂੰ ਦਿਖਾ ਉਰਦੂ ਚ, ਕਾਲੂ ਨੇ ਕਿਹਾ ਮੈਂ ਉਰਦੂ ਚ ਮੇਰੇ ਕੋਲ, ਇਹਨੇ ਕਿਹਾ ਕਿ ਦਿਖਾ, ਕਾਲੂ ਨੇ ਜੇ ਨਾ ਕਿਹਾ ਹੋਏ ਕਿ ਮੇਰੇ ਕੋਲ ਉਰਦੂ ਚ ਨਹੀਂ ਹੈ ਮੈਂ ਇੱਕ ਲੱਖ ਰੁਪਇਆ ਦਿਆਂਗਾ। ਨਹੀਂ ਜ਼ਿਆ ਭਾਈ ਨੇ ਕਿਹਾ ਕਿ ਤੂੰ ਕਾਲੂ ਤਾਂ ਕਹਿੰਦਾ ਹੀ ਉਰਦੂ ਰਿਹਾ ਵਾ, ਉਹ ਤਾਂ ਉਰਦੂ ਹੀ ਕਹਿੰਦਾ ਰਿਹਾ। ਮੈਂ ਜੇ ਉਹਨੂੰ ਕਿਹਾ ਹੋਵੇ ਵੀ ਤੂੰ ਮੈਨੂੰ ਇਹ ਜ਼ਰਦ ਰੰਗ ਉਰਦੂ 'ਚ ਵਿਖਾ ਦੇ ਤੇ ਮੇਰੇ ਲਫ਼ਜ਼ ਦੱਸ। ਤੁਸੀਂ ਜੇ ਉਸ ਤੋਂ ਪੈਸੇ ਕਾਲੂ ਦਾ ਮੈਂ ਨਹੀਂ ਜ਼ਿੰਮੇਦਾਰ, ਤੂੰ ਮੇਰੇ ਤੇ ਇਲਜ਼ਾਮ ਲਾ ਰਿਹਾ ਕਿ ਮੈਂ ਕਿਹਾ ਸੀ ਉੱਥੇ ਕਿ ਮੈਨੂੰ ਚੱਲ ਉਰਦੂ ਹੀ ਦਿਓ, ਮੈਂ ਤਾਂ ਉਹਨੂੰ ਅਰਬੀ ਦਾ ਮੁਤਾਲਬਾ ਕਰ ਰਿਹਾ, ਮੈਂ ਉਹਨੂੰ ਬਾਰ ਬਾਰ ਕਹਿ ਰਿਹਾ ਸੀ, ਮੈਂ ਕਿਹਾ ਮੈਨੂੰ ਅਰਬੀ ਤੂੰ ਵਿਖਾ, ਅਰਬੀ ਵਿਖਾਓ, ਕਹਿੰਦੇ ਸੀ ਨਹੀਂ ਉਰਦੂ, ਮੈਂ ਕਿਹਾ ਉਰਦੂ ਨਹੀਂ ਮੈਂ ਵੇਖਣੀ, ਅਰਬੀ ਵਿਖਾ। ਕੋਸ਼ਿਸ਼ ਕਰਨਾ ਕਿ ਤੂੰ ਤੇ ਨਾ ਉਤਰੋ, ਔਰ ਜਿਹੜਾ ਤੂੰ ਤੇ ਉਤਰ ਕੇ ਬਦਤਮੀਜ਼ੀ ਬਦਤਮੀਜ਼ੀ ਦਾ ਮੁਜ਼ਾਹਰਾ ਕਰੇ ਨਾ ਉਹਦੇ ਤੇ ਲੱਖ ਲਾਨਤ ਪਹਿਲੇ ਹੀ ਪਾ ਦੇਣਾ। ਬਿਲਕੁਲ ਬਿਲਕੁਲ ਠੀਕ ਹੈ, ਮੇਰੇ ਵੱਲੋਂ ਵੀ। ਅੱਛਾ ਉਹਦੇ ਵਿੱਚ ਇਸ ਤਰ੍ਹਾਂ ਹੈ ਕਿ ਮੈਂ ਇਹ ਚੀਜ਼ ਜੇ ਤੇ ਡਾਕਟਰ ਡੇਰਿੰਗ ਨੇ ਇਹ ਕਿਹਾ ਹੋਏ ਕਿ ਇਸ ਗੱਲ ਦੇ ਵਿੱਚ ਕਿ ਮੈਂ ਅਰਬੀ 'ਚ ਮੰਨਾਂਗਾ ਮੈਨੂੰ ਉਰਦੂ 'ਚ ਨਹੀਂ ਮੈਂ ਦੇਖਣਾ, ਜੇ ਤੇ ਗੱਲ ਕੀਤੀ ਹੋਵੇ ਇਹਨੇ ਕੋ ਪੈਰਾਂ 'ਤੇ ਭਾਰ ਪਾਏ ਅਤੇ ਲੱਖ ਲੱਖ ਦੀ ਸ਼ਰਤ ਲਾ ਲੈਂਦੇ ਹਾਂ, ਜੇ ਇਹਨੇ ਕਿਹਾ ਹੋਏ ਕਿ ਮੈਂ ਅਰਬੀ 'ਚ ਦੇਖਣਾ ਮੈਂ ਉਰਦੂ 'ਚ ਨਹੀਂ ਮੰਨਾਂਗਾ, ਜੇ ਤੇ ਇਹਨੇ ਗੱਲ ਕੀਤੀ ਹੋਏ। ਅੱਛਾ ਇਹ ਲਾਂਗੇ ਹੁਣ ਇਹਦਾ ਤਾਂ ਕੋਈ ਕਰ ਲਈਏ ਨਾ, ਜਿਹੜੀ ਤੁਸੀਂ ਦੋਵਾਂ ਪਾਸੋਂ ਜ਼ਿੰਮੇਵਾਰੀ ਚੁੱਕੀ ਹੈ, ਤੁਸੀਂ ਉਹਨਾਂ ਦੇ ਵੀ ਜ਼ਾਮਨ ਸੋ, ਸਾਡੇ ਵੀ ਜ਼ਾਮਨ ਸੋ ਚੰਗੇਜ਼ ਸਾਹਿਬ, ਇਹਦਾ ਤਾਂ ਕੋਈ ਕਰ ਲਓ ਨਾ। ਅਸੂਲ ਹੈ ਵੇ ਲੈਣੇ ਦੀਆਂ ਲੱਖ ਖੁਸ਼ੀਆਂ ਦੇਣ ਵਾਲਾ ਗਮ ਨਾ ਲਾਈ ਮੌਲਾ, ਕੋੜਾ ਕੋੜਾ ਤੂੰ ਇਹਦਾ ਡੇਢ ਕੋ ਨੀ ਭਰਨਾ। ਨਹੀਂ ਨਹੀਂ ਮੈਂ ਇੱਥੇ ਢਿੱਡ ਭਰ ਕੇ ਜਾਵਾਂ, ਮੈਂ ਬੜੇ ਦਿਨਾਂ ਦਾ ਸੋਚਣ ਨੇ ਯਾਰ, ਮੈਂ ਕਹਿੰਦਾ ਛੱਡ ਮੁੱਕ ਜਾਏਗਾ ਕਹਾਣੀ, ਮੁੱਕ ਜਾਏਗੀ, ਮੁੱਕਣੀ ਨਹੀਂ ਡਈ। ਤੁਸੀਂ ਇਹ ਗੱਲ ਕਰੋ, ਤੁਸੀਂ ਇਹ ਜਿੰਨੀ ਗੱਲ ਉਹਦੇ ਤੇ ਕਰ ਲਈ ਹੈ ਨਾ, ਕੋਈ ਜ਼ਿਆ ਭਾਈ ਫਾਰਗ ਹੋ ਗਿਆ, ਗੱਲ ਗਲਤੀ ਕਰ ਬੈਠਾ, ਮੇਰੇ ਕੋਲ ਇਹਨੇ ਗੱਲ ਕੀਤੀ ਉਹ ਜੋ 300 ਯੂਰੋ ਦੀ, ਮੈਂ ਕਿਹਾ ਇਹ ਕੋਈ ਸ਼ਰਤ ਲੱਗੀ ਨਹੀਂ ਲਾਣੀ ਚਾਹੀਦੀ, ਲੇਕਿਨ ਲਾਤੀ ਤੇ ਇਹਨਾਂ ਨੂੰ ਇਸ ਮੁਤਾਬਕ ਇਹਨੂੰ ਦੇ ਦਿੱਤਾ। ਕਹਿੰਦੇ ਨੇ ਨਾ ਉਹ 300 ਯੂਰੋ ਪਿਛਲਾ ਲੱਭ ਗਿਆ, ਤਾਂ ਉਹ ਕਹਿੰਦੇ ਨੇ ਨਾ ਕਿ ਉਹ ਕਿਸੇ ਨੂੰ ਉਹ ਆਦਤ ਪੈ ਗਈ ਨਾ, ਲੱਤ ਲੱਗ ਜਾਂਦੀ ਨਾ ਜਿਸ ਤਰ੍ਹਾਂ ਕੋਈ ਖੂਨ ਮੂੰਹ ਨੂੰ ਲੱਗ ਗਿਆ, ਤਾਂ ਉਹ ਸਮਝਦਾ ਕਿ ਹੁਣ ਉਹ ਮੈਨੂੰ ਯਾਦ ਹੈ। ਮੈਂ ਅੱਗੇ ਉਹਨਾਂ ਨੇ ਕਿਹਾ ਕਿ ਯਾਰ ਇੱਕ ਸ਼ਰਤ ਜਿਹੜੀ ਨਾ ਇਹ ਮਜ਼ਹਬੀ ਮਾਮਲਾਤ ਦੇ ਇਲਮੀ ਮਾਮਲਾਤ ਦੇ ਇਹ ਸੰਜੀਦਗੀ ਨਹੀਂ ਰਹਿੰਦੀ, ਤੁਸੀਂ ਆਰਾਮ ਨਾਲ ਗੱਲ ਮਿਰਜ਼ਾ ਸਾਹਿਬ ਨਹੀਂ ਸੀ ਸ਼ਰਤਾਂ ਲਾਉਂਦੇ,
ਉਹ ਯਾਰ ਯਾਰ ਇੱਕ ਤੇ ਵਾਬੀ ਨਜਾਸਤ ਨੂੰ ਨਾ ਚੈਨ ਨਹੀਂ ਆਂਦਾ, ਇੱਕਦਮ ਉਬਾਲ ਆਂਦਾ ਤੇ ਵਿੱਚ ਟੱਪ ਪੈਂਦਾ। ਮੈਂ ਕਿਹਾ ਮਿਰਜ਼ਾ ਸਾਹਿਬ ਸ਼ਰਤਾਂ ਨਹੀਂ ਸੀ ਲਾਉਂਦੇ, ਬੋਲਿਆ ਕਰੋ ਨਾ ਵਾਬੀ ਸਾਹਿਬ, ਤੁਸੀਂ ਵਾਰੀ ਬੋਲਿਆ ਕਰੋ ਯਾਰ, ਵਿੱਚ ਬੋਲਣਾ ਮੁਦਾਖਲਤ ਕਰਨਾ ਅੱਛਾ ਨਹੀਂ ਆਂਦਾ, ਜਾਂ ਫਿਰ ਕਮ ਸੇ ਕਮ ਦੱਸ ਦਿਆ ਕਰੋ ਮੈਂ ਬੋਲਣ ਲੱਗਾ। ਚੈਲੰਜ ਹੈਗਾ ਡਾਕਟਰ ਡੇਰਿੰਗ ਸਾਹਿਬ ਤੁਹਾਨੂੰ ਕਿ ਤੁਸੀਂ ਇਹ ਸਾਬਤ ਕੀਤਾ ਹੋਏ ਚੰਗੇਜ਼ ਖਾਨ ਜੀ ਆ ਗਏ ਨਾ ਤੁਹਾਡੀ ਗੱਲ ਹੁਣ ਨਾ ਨਾ ਰਿਪੀਟ ਕਰੋ। ਠੀਕ ਹੋ ਗਿਆ ਜੀ, ਠੀਕ ਹੋ ਗਿਆ ਜੀ, ਚੰਗੇਜ਼ ਖਾਨ ਲੈ ਕੇ ਆ ਜੀ ਮੇਰੇ ਉਹ ਲਫ਼ਜ਼ ਵਿਖਾ ਜਿੱਥੇ ਮੈਂ ਕਿਹਾ ਹੋਵੇ ਵੀ ਚੱਲ ਮੈਨੂੰ ਉਰਦੂ 'ਚ ਵਿਖਾ ਦੇ, ਅਤੇ ਮੈਂ ਤੈਨੂੰ ਵਿਖਾਉਣਾ ਮੁਤਾਲਬਾ ਕਿ ਮੈਂ ਉਹਨੂੰ ਕਿਹਾ ਸੀ ਮੈਂ ਉਰਦੂ ਨਹੀਂ ਵੇਖਣੀ, ਮੈਨੂੰ ਅਰਬੀ 'ਚ ਲੈ ਗਿਆ। ਇਹ ਗੱਲ ਚੱਲ ਲੈ ਗਿਆ ਸ਼ਾਬਾਸ਼, ਜਦੋਂ ਦਿਖਾਤਾ ਉਹਦੇ ਤੋਂ ਬਾਅਦ ਤੁਸੀਂ ਮੁਤਾਲਬਾ ਕੀਤਾ ਕਿ ਮੈਂ ਅਰਬੀ 'ਚ ਦੇਖਣੀ ਹੈ, ਮੈਂ ਕਿਹਦੇ ਤੋਂ ਬਾਅਦ ਆ ਤੂੰ ਪਹਿਲੇ ਦਾ ਹੀ ਵਿਖਾਣਾ ਨਾ, ਤੂੰ ਵਿਖਾ ਪਹਿਲੇ ਦਾ ਹੀ ਵਿਖਾਣਾ ਨਾ, ਵਿਖਾ ਤੂੰ ਸ਼ਾਬਾਸ਼ ਪਹਿਲੇ ਤੁਸੀਂ ਇਹਨੂੰ ਆਖਿਆ ਭਾਈ ਪਹਿਲੇ ਦਾ ਹੀ ਤੂੰ ਵਿਖਾਣਾ ਨਾ, ਪਹਿਲੇ ਦਾ ਵਿਖਾ, ਮੈਂ ਤੈਨੂੰ ਵਿਖਾਣਾ ਵਾ ਕਿ ਮੈਂ ਉਹਨੂੰ ਅਰਬੀ ਦਾ ਮੁਤਾਲਬਾ ਕੀਤਾ। ਇੱਕ ਸੈਕਿੰਡ, ਤੁਸੀਂ ਉਹਨੇ ਕਿਹਾ ਕਿ ਮੈਂ ਉਰਦੂ ਦੇ ਵਿੱਚ ਤੁਹਾਨੂੰ ਦਿਖਾਵਾਂਗਾ, ਉਰਦੂ 'ਚ ਲਿਖਿਆ, ਤੁਸੀਂ ਕਿਹਾ ਮੈਨੂੰ ਵਿਖਾ, ਠੀਕ ਹੈ, ਤੁਸੀਂ ਇਹ ਨਹੀਂ ਕਿਹਾ ਕਿ ਮੈਂ ਉਰਦੂ ਨੂੰ ਨਹੀਂ ਮੰਨਾਂਗਾ, ਮੈਂ ਅਰਬੀ 'ਚ ਮੰਨਾਂਗਾ। ਜੇ ਤੇ ਤੁਸੀਂ ਇਹ ਗੱਲ ਨਹੀਂ ਨਹੀਂ ਉਹ ਗੱਲ ਵੇਖ ਗੱਲ ਐ ਨਹੀਂ, ਗੱਲ ਜਦੋਂ ਫਲੋ ਦੇ ਵਿੱਚ ਹੋ ਰਹੀ ਹੁੰਦੀ ਬਾਅਦ ਦਫਾ ਬੰਦਾ ਅਗਲੇ ਦੀ ਕੋਈ ਗੱਲ ਨਹੀਂ ਵੀ ਸੁਣਦਾ। ਮੈਂ ਅਗਰ ਆਪਣੀ ਜ਼ੁਬਾਨ ਚੋਂ ਇਹ ਲਫ਼ਜ਼ ਕਹਿ ਹੋਣ ਕਿ ਮੈਨੂੰ ਉਰਦੂ ਦਾ ਵਿਖਾ ਦੇ ਤੇ ਮੈਂ ਤੈਨੂੰ ਲੱਖ ਰੁਪਇਆ ਦਿਆਂਗਾ। ਚੱਲ ਇਹ ਇਹ ਗੱਲ ਹੁਣ ਇੱਥੇ ਅਸੀਂ ਸਾਰੇ ਕਮੇ ਉਹਨੇ ਇੰਜ ਗੱਲ ਕੀਤੀ ਤੇ ਤੂੰ ਅੱਗੋਂ ਕਿਹਾ ਵਿਖਾ, ਨਹੀਂ ਚੱਕਰ ਚੱਲਣਾ, ਮੈਂ 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 ਸਾਰਾ ਕੁਝ ਤੁਹਾਨੂੰ ਸਾਬਤ ਕਰਾਂਗਾ, ਮੈਂ ਐਵੇਂ ਤੇ ਨਹੀਂ ਆ ਗਿਆ ਮੂੰਹ ਚੁੱਕ ਕੇ, ਮੈਂ ਪੱਕੇ ਕਰ ਸਾਬਤ ਆ ਜਾ ਤੇ ਮੈਂ ਪੱਕੇ ਪੈਰੀ ਮੈਂ ਵੀ ਇੱਥੇ ਬੈਠਾ, ਮੈਂ ਕਿਹੜਾ ਇੰਤਜ਼ਾਰ ਆ ਇਹਦਾ, ਜ਼ਾਮਨ ਜਿਹੜਾ ਹੁਸੈਨੀ ਸਾਹਿਬ ਹੈਗੇ ਨੇ ਹੁਸੈਨੀ ਸਾਹਿਬ ਦੀ ਬਰਾੜ ਦੇ ਉੱਤੇ ਆ ਕੇ ਜਦੋਂ ਮਰਜ਼ੀ ਬੈਠੇ। ਹੁਸੈਨੀ ਸਾਹਿਬ ਨੂੰ ਮੈਂ ਕੁਝ ਨਹੀਂ ਜਾਣਦਾ, ਹੁਸੈਨੀ ਸਾਹਿਬ ਮੈਂ ਕੁਝ ਵੀ ਨਹੀਂ ਜਾਣਦਾ, ਉਹ ਜ਼ਾਮਨ ਹੈ ਉਹ ਇਸ ਲੈ ਕੇ ਨਹੀਂ ਹੈ ਕਿ ਤੁਹਾਨੂੰ ਜ਼ਮਾਨਤ ਕੋਈ ਜ਼ਾਮਨ ਬਣਾਇਆ ਜਾਏ, ਮੇਰੀ ਤੋਂ ਤੁਹਾਡੇ ਨਾਲ ਕੋਈ ਸ਼ਰਤ ਨਹੀਂ ਹੈ। ਹੁਸੈਨੀ ਨੂੰ ਮਾਰਦਾ ਹੁੰਦਾ, ਹੁਸੈਨੀ ਸਾਹਿਬ ਦੀ ਬਰਾੜ ਦੇ ਚੱਲ ਜਾਂਗੇ ਉੱਥੇ ਮੁਨਸਬ ਤੁਸੀਂ ਭਾਵੇਂ ਕੋਗੇ, ਮੇਰੀ ਤਾਂ ਕੱਲ ਹੁੰਦੀ ਹੈ, ਫਿਰ ਤੁਸੀਂ ਕੀ ਲੈਣਾ ਹੈ? ਚੰਗੇਜ਼ ਖਾਨ ਸਾਹਿਬ ਮੇਰੀ ਗੱਲ ਸੁਣੋ, ਨਹੀਂ ਮੈਂ ਹੁਸੈਨੀ ਨੂੰ ਆਪਣਾ ਕੋਈ ਸਾਲਸ ਸੁਲਸ ਨਹੀਂ ਮੰਨਦਾ, ਐ ਮੇਰੇ ਬਾਬਾ ਨੂੰ ਜਾ ਕੇ ਲਫਾ ਦਿੱਤੀ, ਮੈਂ ਉਹਨੂੰ ਕੁਝ ਵੀ ਨਹੀਂ ਮੰਨਦਾ, ਨਾ ਉਹ ਸਾਲਸ ਬਣਨ ਦੇ ਕਾਬਿਲ ਆ ਤੇ ਨਾ ਮੈਂ ਮੰਨਦਾ। ਨਜ਼ੀਰ ਸਾਹਿਬ ਜਿਹੜੇ ਨੇ ਹੁਣ ਹਾਮੀ ਭਰਨ ਤੇ ਤਿਆਰ ਹੋ ਜਾਣਗੇ, ਹੁਸੈਨੀ ਦੀ ਨਹੀਂ ਹੈ ਯਜ਼ੀਦੀ ਮਾਰਕਾ ਗਰਬਤੀਆਂ, ਅਮਰ ਨਜ਼ੀਰ ਸਾਹਿਬ ਨੇ ਹਾਮੀ ਭਰੀ ਹੋਈ ਹੈ, ਅਮਰ ਨਜ਼ੀਰ ਸਾਹਿਬ ਮੈਂ ਇਹ ਗੱਲ ਮੁਕਵਾ ਦਿਆਂਗਾ, ਤੁਸੀਂ ਇਹ ਪਹਿਲਾਂ ਇਹ ਮੁਕਵਾ ਦਿਓ। ਚੰਗੇਜ਼ ਖਾਨ ਸਾਹਿਬ ਮੇਰੀ ਗੱਲ ਸੁਣੋ, ਮੈਂ ਭਾਵੇਂ ਹੁਸੈਨੀ ਸਾਹਿਬ ਨੂੰ ਸਾਲਸ ਮਨਾਇਆ ਜਾਂ ਆਪ ਅਸੀਂ ਸਾਲਸ ਬਣੇ, ਇਸ ਗੱਲ 'ਤੇ ਡਿਸਕਸ ਕਰ ਲਾਂਗੇ, ਲੇਕਿਨ ਮੈਂ ਇਹ ਪਿਆ ਕਹਿੰਦਾ ਕਿ ਤੁਸੀਂ ਇਹ ਜਿਹੜਾ ਹੁਣ ਵਕਤੀ ਤੌਰ 'ਤੇ ਮਸਲਾ ਖੜਾ ਹੋਇਆ ਹੈ, ਅੱਛਾ ਇਹ ਹੁਣ ਹੀ ਮੁਕਾ ਲੈਂਦੇ ਹਾਂ, ਮੁਕਾਓ, ਹੁਣ ਹੀ ਹੱਲ ਕੱਢ ਲੈਂਦੇ ਹਾਂ, ਕੱਢੋ। ਮੈਨੂੰ ਦੋ ਬੰਦੇ ਚਾਹੀਦੇ ਨੇ ਇਸ ਟਾਈਮ ਜਿਹੜੇ ਮੁਨਸਬ ਬਣਨ ਨਾ, ਇੱਕ ਮੈਂ ਮੁਨਸਬ ਬਣਾ ਦਿੰਦਾ ਵਾਂ ਤਾਹਿਰ ਅਮਜਦ ਸਾਹਿਬ ਨੂੰ, ਉਹ ਸਾਡੀ ਜਮਾਤ ਦੇ ਨੇ, ਇੱਕ ਬਣਾ ਦਿੰਦੇ ਹਾਂ ਮੁਨਸਬ ਮਲਕ ਕੈਸਰ ਸਾਹਿਬ ਨੂੰ, ਤੁਹਾਨੂੰ ਮਨਜ਼ੂਰ ਹੈ? ਕੀ ਮਤਲਬ ਮੁਨਸਬ ਬਣਾ ਲੈਂਦੇ ਹਾਂ ਨਾ, ਗੱਲ ਖਤਮ ਨਹੀਂ ਕਰਨੀ 600 ਦੀ, ਮੁਨਸਬ ਬਣਾ ਲੈਂਦੇ ਹਾਂ ਦੋ ਬੰਦਿਆਂ ਨੂੰ, ਇਹ ਫੈਸਲਾ ਕਰ ਦੇਣ ਕਿ ਹਾਂ ਬਈ ਕਿਹਦੀ ਗੱਲ 'ਚ ਵਜ਼ਨ ਹੈ ਅਤੇ ਕਿਹਦੀ ਗੱਲ ਬਿਲਕੁਲ ਚਗਲਾਈ ਗੱਲ ਹੈ। ਅੱਛਾ, ਇਹਦੇ ਵਾਸਤੇ ਕਿਸੇ ਫੈਸਲੇ ਦੀ ਵੈਸੇ ਜ਼ਰੂਰਤ ਹੈ? ਬੜੇ ਫੈਸਲੇ ਦੀ ਕਿਉਂ ਨਹੀਂ ਜ਼ਰੂਰਤ ਹੈਗੀ? ਮਤਲਬ ਉਹਨਾਂ ਨੇ ਕੋਈ ਹਵਾਲਾ ਐਸਾ ਪੇਸ਼ ਕੀਤਾ ਜਿਹਦੇ ਉੱਤੇ ਕਿਸੇ ਦਾ ਫੈਸਲਾ ਕਰਨਾ? ਹਾਂ ਹਾਂ, ਅਮਰ ਸਾਹਿਬ ਗੱਲ ਪੈਰਾਂ 'ਤੇ ਭਾਰ ਪਾਓ, ਦੋ ਜ਼ਾਮਨ ਇੱਥੇ ਮੈਨੂੰ ਦੇ ਦਿਓ ਅਤੇ ਮੈਂ ਤੁਹਾਡੇ ਨਾਲ 600 ਯੂਰੋ ਦੀ ਗੱਲ ਕਰ ਲੈਣਾ। ਮੈਂ ਤੇ ਦੂਸਰੀ ਕੌਮ ਦੇ ਜ਼ਾਮਨ ਦਿੱਤੇ ਸਨ, ਦੂਸਰੀ ਕੌਮ ਨੂੰ ਛੱਡੋ, ਇੱਥੇ ਹੁਣ ਦੀ ਗੱਲ ਮੈਂ ਕਰਨ ਆ, ਬਾਕੀ ਪਿੱਛੇ ਅੱਗੇ ਹਰ ਸ਼ਾਇ ਛੱਡ ਦੋ, ਇਹ ਹੁਣ ਜਿਹੜੇ ਦੋ ਬੰਦੇ ਬੈਠੇ ਤਾਹਿਰ ਅਮਜਦ ਸਾਹਿਬ ਤੇ ਮਲਕ ਕੈਸਰ ਸਾਹਿਬ, ਇਹ ਦੋ ਜ਼ਾਮਨ ਕਰ ਲੈਂਦੇ ਆ ਤੇ ਹੁਣੀ ਗੱਲ ਖੋਲ ਲੈਂਦੇ ਆ, ਇੱਥੇ ਕੀ ਹੋਈ? ਇਹ ਜ਼ਾਮਨ ਮੰਨ ਲਾਂਗੇ, 600 ਰੁਪਇਆ ਜਮ੍ਹਾਂ ਕਰਾ ਦੋ। ਕੀ 600 ਰੁਪਇਆ ਜਮ੍ਹਾਂ? ਜਿੱਥੇ ਜਿਸ ਤਰ੍ਹਾਂ ਮੈਂ 500 ਜਮ੍ਹਾਂ ਕਰਾਇਆ ਨਾ, ਉੱਥੇ 600 ਤੁਸੀਂ ਜਮ੍ਹਾਂ ਕਰਵਾ ਦਿਓ। ਜੇ ਤੇ ਤੁਹਾਡਾ 600 ਨਿਕਲਦਾ ਹੋਏ, ਨਿਕਲਦਾ ਹੀ ਨਹੀਂ ਤੇ ਜਮ੍ਹਾਂ ਕਿੱਥੋਂ ਕਰਾਉਣਾ? ਸੁਣੋ ਨਾ, ਮੇਰੀ ਗੱਲ ਸੁਣ ਲਓ ਨਾ, ਜੇ ਉਹਨਾਂ ਨੇ ਕਿਹਾ ਇਹ ਜਿਹੜੇ ਜ਼ਾਮਨ ਤੁਸੀਂ ਕਹਿੰਦੇ ਹੋ
ਅਸਾਂ ਇਹ ਜ਼ਾਮਨ ਮੰਨ ਲੈਂਦੇ ਹਾਂ। ਜੇ ਇਹਨਾਂ ਦੋ ਜ਼ਾਮਨਾਂ ਨੇ ਕਿਹਾ ਕਿ ਹਾਂ ਵਾਕਿਆ ਹੀ ਅਮਰ ਦਾ 600 ਬਣਦਾ ਹੈ, ਤੇ ਫਿਰ ਸਾਨੂੰ ਪਤਾ ਤੇ ਹੋਵੇ ਪੈਸੇ ਲੈਣੇ ਕਿਹਦੇ ਕੋਲੋਂ ਨੇ। ਤੇ ਜੇ ਇਹਨਾਂ ਦੋਨਾਂ ਜ਼ਾਮਨਾਂ ਨੇ ਕਿਹਾ ਕਿ ਅਮਰ ਦੇ 600 ਨਹੀਂ ਬਣਦੇ ਤੇ ਅਮਰ ਫਿਰ 1200 ਦੇਗਾ? ਅਮਰ ਦਾ 500 ਆਲਰੇਡੀ ਜਮਾ ਹੈ ਫ੍ਰੈਂਕਫਰਟ, 500 ਤੇ 600 ਜਿਹੜਾ ਹੈ ਵਾਲਾ ਰੋਲਾ ਪਾਇਆ ਹੈ ਵੀ। ਕਿਹੜਾ ਰੋਲਾ ਪਾਇਆ ਹੈ? 600 ਲੈਣ ਵਾਲਾ ਇਹ ਤੇ ਉਹਨਾਂ ਕੋਲ ਲੈਣਾ ਨਾ। ਕਲਮਾ ਗੋ ਐਮ ਦੀ ਮੁਸਲਮਾਨ ਨੇ ਤੇ ਉਹਨਾਂ ਕੋਲ ਆਇਆ ਅਮਾਨਤ, ਉਹ ਜ਼ਾਹਿਰ ਮਹਿਫੂਜ਼ ਹੀ। ਮੇਰੀ ਤੇ ਅਮਾਨਤ ਉੱਥੇ ਪਈ ਹੈ ਤੁਹਾਡੇ ਘਰ, ਤੁਹਾਡੀ ਅਮਾਨਤ ਕਿੱਥੇ ਵੇ? ਅਜੇ ਉਹ ਸਾਡੇ ਘਰ ਜਿਹੜੇ ਅਸਲ 'ਚ ਇਹਨਾਂ ਦਾ ਘਰ ਹੀ ਹੈ ਨਾ, ਤੁਹਾਡੇ ਕਜ਼ਨ ਹੀ ਨਹੀਂ? ਚਲੋ ਮੇਰੇ ਰਿਸ਼ਤੇਦਾਰ ਨੇ, ਮੈਂ ਕਦੋਂ ਪਿਆ ਇਨਕਾਰ ਕਰਨਾ? ਤੁਹਾਡੇ ਪੈਸੇ ਕਿੱਥੇ ਜਮ੍ਹਾਂ ਨੇ? ਕਿਹੜੇ ਮੇਰੇ? ਸਾਡੇ ਪੈਸੇ ਨਹੀਂ ਜਮ੍ਹਾਂ ਕਿੱਥੇ ਕਰਾਣੇ ਨੇ? ਹੈ ਜਮ੍ਹਾਂ ਕਿੱਥੇ ਕਰਾਣੇ ਨੇ? ਨਿਕਲਦੇ ਹੀ ਨਹੀਂ। ਤੁਸੀਂ ਜਮ੍ਹਾਂ ਕਰਾਓ ਨਾ ਕਿਸੇ ਮੁਸਲਮਾਨ, ਮੈਂ ਮਤਲਬ ਕੈਸਰ ਕੋਲ ਜਮ੍ਹਾਂ ਕਰਾ ਦਿਓ। ਚਲੋ ਨਹੀਂ ਨਹੀਂ, ਮੈਂ ਜਮ੍ਹਾਂ ਕਿਉਂ ਕਰਾਵਾਂ ਜਦੋਂ ਨਿਕਲਦੇ ਹੀ ਨਹੀਂ? ਕੀ ਮਤਲਬ ਨਿਕਲਦੇ ਨਹੀਂ? ਜਦੋਂ ਹੈ ਹੀ ਨਹੀਂ ਕੋਈ ਗੱਲ ਬਾਈ। ਖਬਰਦਾਰ, ਤੁਸੀਂ ਤੁਹਾਡੇ ਸਾਥੀ ਨੇ ਤੁਹਾਡਾ ਨਾਂ ਲਿਆ, ਮੈਂ ਤੁਹਾਨੂੰ ਅੱਗੇ ਪੈਂਟ ਬਣਾਉਣਾ ਚਾਹੁੰਦਾ ਸਾਂ। ਤੁਹਾਨੂੰ ਉਸ ਦਿਨ ਵੀ ਸਲੀਮ ਮੀਰ ਕੰਡ ਦੇ ਗਿਆ ਸੀ, ਮੈਂ ਤੁਹਾਨੂੰ ਉਸੇ ਦਿਨ ਹੀ ਆਂਦਾ। ਤੁਸੀਂ ਜਮਾਤੇ ਆਮਦੀਆਂ ਦੇ ਤੁਸੀਂ ਪੈਂਚ ਬਣਦੇ ਚੰਗੇ ਲੱਗਦੇ ਹੋ, ਕਿਉਂਕਿ ਤੁਹਾਨੂੰ ਕੋਈ ਗੱਲ ਕਰਨ ਦਾ ਚਾਰਜ ਲਿਖਿਆ ਹੈ। ਤਾਹਿਰ ਅਮਜਦ ਸਾਹਿਬ, ਮੈਂ ਇੱਥੇ ਗੱਲ ਸੁਣਾਉਣਾ। ਮਲਕ ਕੈਸਰ ਸਾਹਿਬ, ਤੁਸੀਂ ਮਾਈਕ ਪੱਟੋ ਸੁਣ ਰਹੇ ਹੋ, ਬਾਅਦ 'ਚ ਉਹਨਾਂ ਕਹਿ ਦੇਣਾ ਮੈਂ ਤਾਂ ਸੁਣੀ ਨਹੀਂ ਗੱਲ। ਮਾਈਕ ਸਾਹਿਬ, ਮਲਕ ਸਾਹਿਬ ਇੱਥੇ ਹੀ ਹੋ? ਮੈਂ ਮੌਜੂਦ ਹਾਂ, ਜਦ ਤੱਕ ਤਾਹਿਰ ਅਮਜਦ ਸਾਹਿਬ ਬੈਠੇ ਨੇ ਮੈਂ ਮੌਜੂਦ ਹਾਂ। ਹਾਂਜੀ, ਹੁਣ ਮੈਂ ਜਿਹੜੀ ਗੱਲ ਕਰ ਲਵਾਂਗਾ ਵਾ, ਤੁਸੀਂ ਦੋਨਾਂ ਭਰਾਵਾਂ ਲਈ, ਅਮਰ ਸਾਹਿਬ ਲਈ ਇਹ ਗੱਲ, ਅਮਰ ਸਾਹਿਬ ਨੇ ਸੁਣਨੀ ਤਾਂ ਸੁਣਨ, ਅਤੇ ਜੇ ਮੈਂ ਇਹਦੇ ਵਿੱਚ ਕੋਈ ਗਲਤ ਗੱਲ ਕਰਾਂਗਾ ਤਾਂ ਅਮਰ ਸਾਹਿਬ ਮੈਨੂੰ ਰੋਕ ਕੇ ਮੈਨੂੰ ਮਿਊਟ ਕਰ ਸਕਦੇ ਨੇ, ਮੈਨੂੰ ਕਹਿ ਸਕਦੇ ਨੇ ਨਹੀਂ ਇਹ ਤੁਸੀਂ ਝੂਠ ਬੋਲਣੇ, ਇਹ ਗੱਲ ਗਲਤ, ਇੰਝ ਨਹੀਂ ਹੈਗੀ ਗੱਲ। ਕਰੋਗੇ? ਗੱਲ ਇਹ ਹੋਈ ਕਿ ਹਵਾਲਾ ਹਵਾਲਾ ਅਮਰ ਨਜ਼ੀਰ ਸਾਹਿਬ ਨੇ ਇੱਕ ਹਫ਼ਤਾ ਪੈਸੇ ਕੋਨੀ ਜਮ੍ਹਾਂ ਕਰਾਏ ਆਪਣੇ ਕਜ਼ਨ ਨੂੰ, ਇੱਕ ਹਫ਼ਤੇ ਤੱਕ ਇਹੀ ਰੌਲਾ ਰੱਪਾ ਰਿਹਾ ਕਿ ਹਵਾਲਾ ਦਿਓ, ਉਹ ਕਹਿਣ ਪਹਿਲੇ ਪੈਸੇ ਦਿਓ, ਉਹ ਕਹਿਣ ਪਹਿਲੇ ਉੱਧਰੋਂ ਆਵਾਜ਼ ਆਏ ਫਿਰ ਹਵਾਲਾ ਦਿਓ। ਮੈਂ ਇਹਨਾਂ ਨੇ ਸਪੈਸ਼ਲ ਬਰਾੜ ਲਈ ਫੇਵਰ 49 ਨੇ, ਉੱਥੇ ਜਾ ਕੇ ਮੈਂ ਆਖਿਆ ਕਿ ਅਮਰ ਨਜ਼ੀਰ ਦਾ 500 ਐਰੋ ਜੇ ਉਹ ਨਾ ਦੇਗਾ, ਅਮਰ ਨਜ਼ੀਰ ਉਹਦਾ 500 ਐਰੋ ਮੀਰ ਸਾਹਿਬ ਨੂੰ ਕਹਿਣਾ ਕਿ ਮੈਂ ਦਿਆਂਗਾ, ਚਲੋ ਉਹਨਾਂ ਨੂੰ ਕੋ ਹਵਾਲਾ ਦੇਣ। ਰੌਲਾ ਮਕਾਨ ਆ ਜਿਹੜਾ ਕੰਜਰਖਾਨਾ ਪਾਇਆ ਹਵਾਲੇ ਵਾਲਾ, ਅਤੇ ਮੁੱਕੇ ਗੱਲ ਜਿਹੜੀ ਹੈਗੀ ਬੰਦਿਆਂ ਵਾਲੀ ਗੱਲ ਹੈ। ਚਲੋ 500 ਕੀ ਹੈ, 500 ਕੁਛ ਨਹੀਂ। ਅੱਛਾ, ਉਹ ਇਹ ਗੱਲ ਹੋਈ, ਗੱਲ ਖਤਮ ਹੋ ਗਈ। ਉਸ ਤੋਂ 2 ਦਿਨ ਬਾਅਦ ਅਗਲੇ ਦਿਨ ਹੀ 500 ਦੀ ਆਵਾਜ਼ ਅਮਰ ਸਾਹਿਬ ਨੇ ਦਵਾ ਦਿੱਤੀ ਕਿ ਮੀਰ ਸਾਹਿਬ ਦਾ ਜਿਹੜਾ ਮੇਰਾ ਅਤੇ ਮੀਰ ਸਾਹਿਬ ਦੀ 500 ਐਰੋ ਦੀ ਸ਼ਰਤ ਲੱਗੀ ਸੀ, ਜਿਹਦੇ ਵਿੱਚ ਵਨ ਸਾਈਡਿਡ ਸ਼ਰਤ ਇਹ ਸੀ ਕਿ ਅਮਰ ਨਜ਼ੀਰ ਸਾਹਿਬ ਨੇ 500 ਐਰੋ ਤੋਂ ਚੈਲੇਂਜ ਕੀਤਾ ਸੀ, ਮੀਰ ਸਾਹਿਬ ਨੇ ਉਹਦੇ ਵਿੱਚ ਕੋਈ ਚੈਲੇਂਜ ਨਹੀਂ ਕੀਤਾ ਕਿ ਮੈਂ ਜੇ ਹਾਰ ਗਿਆ ਤਾਂ ਤੁਹਾਨੂੰ ਅਮਰ ਨਜ਼ੀਰ ਸਾਹਿਬ 500 ਦਾ ਮੈਂ 600 ਦਿਆਂਗਾ। ਉਹਨਾਂ ਨੇ ਕੋਈ ਚੈਲੇਂਜ ਨਹੀਂ ਕੀਤਾ ਇਸ ਗੱਲ ਦਾ। ਇਹ ਸਿਰਫ ਵਨ ਸਾਈਡਿਡ ਹੀ 500 ਸੀ ਜਿਹੜਾ ਇਹਨਾਂ ਨੇ ਆਪਣੇ ਕਜ਼ਨ ਨੂੰ ਜਮ੍ਹਾਂ ਕਰਾਤਾ। ਇਹਨਾਂ ਦੇ ਕਜ਼ਨ ਨੇ ਆਵਾਜ਼ ਦੇ ਦਿੱਤੀ ਮੀਰ ਸਾਹਿਬ ਨੂੰ, ਹਾਂਜੀ ਮੀਰ ਸਾਹਿਬ ਮੇਰੇ ਕੋਲੋਂ 500 ਯੂਰੋ ਅਮਰ ਸਾਹਿਬ ਦਾ ਆ ਗਿਆ ਅਤੇ ਲਿਆਓ ਜੀ ਹਵਾਲਾ ਸੁੱਟੋ।
ਫਿਰ ਅਗਲੀ ਜੋ ਵੀ ਸੂਰਤ ਹਾਲ ਰਹੀ ਉਹ ਸਾਡੇ ਸਾਹਮਣੇ ਵੇ। ਫਿਰ ਇਹਦੇ ਦੌਰਾਨ ਹੀ ਆਮਰ ਸਾਹਿਬ ਨੂੰ ਕਾਲ ਆ ਗਈ ਵਟਸਐਪ ਦੇ ਉੱਤੇ, ਕੀ ਨਾਮ ਹੈ ਇਹਨਾਂ ਦੀ, ਕੀ ਨਾਮ ਹੈ ਮੀਰ ਸਾਹਿਬ ਦੀ, ਮੀਰ ਸਾਹਿਬ ਦੀ ਕਾਲ ਆ ਜਾਂਦੀ ਹੈ ਅਤੇ ਮੀਰ ਸਾਹਿਬ ਕਹਿੰਦੇ ਨੇ ਹਾਂਜੀ ਜੀ ਹਵਾਲੇ ਅਮਰ ਸਾਹਿਬ ਤੁਹਾਡੇ ਪੈਸਿਆਂ ਦੀ ਬੋ ਆਵਾਜ਼ ਆ ਗਈ ਹੈ ਅਤੇ ਮੈਨੂੰ ਦੱਸੋ ਹਵਾਲੇ ਕੀ ਕਰੀਏ, ਉਹਦਾ ਹਵਾਲਿਆਂ ਦਾ ਕੀ ਕਰਨਾ, ਉਹਦਾ ਹਵਾਲਿਆਂ ਦਾ ਕੀ ਕਰਨਾ ਤੁਸੀਂ। ਮੀਰ ਸਾਹਿਬ ਨੇ ਆਖਿਆ ਕਿ ਹਵਾਲੇ ਆਪਣਾ ਪਹਿਲੇ ਮੈਨੂੰ ਅਕੀਦਾ ਦੱਸੋ ਜਾਂ ਜੋ ਵੀ ਉਹਨਾਂ ਦੀ ਗੱਲਬਾਤ ਹੋਈ, ਮੇਰੇ ਕੋਲ ਰਿਕਾਰਡਿੰਗ ਪਈ ਸਾਰੀ। ਉਸ ਤੋਂ ਬਾਅਦ ਅਮਰ ਸਾਹਿਬ ਨੇ ਆਖਿਆ ਕਿ ਮੀਰ ਸਾਹਿਬ ਰੁਕੋ, ਜਿਹੜਾ ਤਾਂ ਤੁਹਾਡਾ ਤਾਂ 500 ਮੈਂ ਜਮ੍ਹਾਂ ਕਰਾਤਾ, ਜਿਹੜਾ ਸਾਡਾ 600 ਜੇ ਤੁਸੀਂ ਹਵਾਲੇ ਨਾ ਦੇ ਸਕੇ ਅਤੇ ਜਿਹੜਾ ਮੈਂ 600 ਲੈਣਾ ਵੇ ਉਹ ਦੱਸੋ ਉਹਦਾ ਕੀ ਕਰਨਾ। ਮੀਰ ਸਾਹਿਬ ਨੇ ਕਿਹਾ ਅਮਰ ਸਾਹਿਬ ਤੁਸੀਂ ਕਿਹੜੇ 600 ਦੀ ਗੱਲ ਕਰ ਰਹੇ ਹੋ। ਹੁਣ ਇਹਨਾਂ ਨੇ ਆਖਿਆ ਕਿ ਮੀਰ ਸਾਹਿਬ ਜਿਹੜਾ ਤੁਸੀਂ ਕਿਹਾ ਸੀ ਇਹਨੂੰ ਅਦੀਲ ਨੂੰ ਕਿ 600 ਐਰੋ ਜਿਹੜਾ ਵੀ ਅਸੀਂ ਮਤਲਬ 100 ਐਰੋ ਵੱਧ ਪਾ ਕੇ ਅਤੇ ਇਹ ਅਮਰ ਨੇ ਜੇ 500 ਕਿਹਾ ਤਾਂ ਅਸੀਂ 600 ਦਿਆਂਗੇ। ਮੀਰ ਸਾਹਿਬ ਨੇ ਲਾਈਵ ਕਾਲ ਮੇਰੇ ਕੋਲ ਮੌਜੂਦ ਹੈ, ਉਹਨਾਂ ਨੇ ਆਖਿਆ ਕਿ ਮੇਰੀ ਅਦੀਲ ਦੇ ਨਾਲ ਕੋਈ 500-600 ਦੀ ਗੱਲ ਨਹੀਂ ਹੋਈ। ਜੇ ਤਾਂ ਉਹ ਕਿਹਾ ਹੁੰਦਾ ਮੈਨੂੰ ਇਹ ਅੱਜ ਵੀ ਸਾਬਤ ਕਰ ਦੇਣ। ਮੇਰਾ ਚੈਲੇਂਜ ਹੈਗਾ ਵੇ ਅਮਰ ਨਜ਼ੀਰ ਸਾਹਿਬ ਨੂੰ ਵੀ, ਜਿੰਨੇ ਵੀ ਇਹਨਾਂ ਦੇ ਕਰਿੰਦੇ ਨੇ ਉਹਨਾਂ ਨੂੰ ਵੀ, ਕਿ ਜੇ ਮੀਰ ਸਾਹਿਬ ਨੇ ਹਾਮੀ ਭਰੀ ਹੋਏ ਕਿ 600 ਐਰੋ ਹਾਂ ਮੈਂ ਕਿਹਾ ਸੀ, ਜਾਂ ਉਹਨਾਂ ਦੀ ਰਿਕਾਰਡਿੰਗ ਦਿਖਾ ਦੇਣ ਅਤੇ ਮੈਂ ਇੱਥੇ 600 ਐਰੋ ਦੇਣ ਦਾ ਰਵਾਦਾਰ ਹੋਵਾਂਗਾ। ਅਤੇ ਜੇ ਇਹਨਾਂ ਕੋਲ ਰਿਕਾਰਡਿੰਗ ਨਹੀਂ ਹੈਗੀ, ਇਹਨਾਂ ਕੋਲ ਸਿਰਫ ਉਹੀ ਅਦੀਲ ਅਲੀ ਜਿਹੜੀ ਉਹਨੇ ਕਿਆਸਰਾਈ ਕੀਤੀ, ਔਰ ਇੱਕ ਬੰਦਾ ਜਿਹੜਾ ਜ਼ਾਤੀ ਜੀਂਦਾ ਜਾਗਦਾ ਉਹਨੇ ਇਹਨਾਂ ਨੂੰ ਫੋਨ ਦੇ ਉੱਤੇ ਖੁਦ ਕਿਹਾ ਕਿ ਅਮਰ ਸਾਹਿਬ ਗਲਤ ਫਹਿਮੀ ਹੋਈ ਹੈ, ਮੈਂ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ। ਇਹਨਾਂ ਨੇ ਆਖਿਆ ਮੇਰਾ ਤਾਂ 600 ਮਰ ਗਿਆ ਨਾ, ਮੇਰਾ ਤਾਂ 600 ਮਰ ਗਿਆ। ਉਹਨਾਂ ਨੇ ਆਖਿਆ ਭਾਈ ਤੇਰਾ 600 ਜੇ ਮਰ ਗਿਆ ਤਾਂ ਇਹਦੇ ਵਿੱਚ ਮੇਰਾ ਕੀ ਕਸੂਰ ਹੈ, ਜਦੋਂ ਮੈਂ ਇੱਕ ਗੱਲ ਨਹੀਂ ਕੀਤੀ ਤਾਂ ਮੈਂ ਕਿਉਂ ਕਹਾਂ ਕਿ ਕੋਈ ਮਸਲਾ ਇਸ ਤਰ੍ਹਾਂ ਦਾ ਹੈਗਾ ਵੇ। ਇਹ ਮੇਰੀ ਗੱਲ ਹੈ ਅਤੇ ਜੇ ਇਹਦੇ ਵਿੱਚ ਅਮਰ ਨਜ਼ੀਰ ਸਾਹਿਬ ਮੈਨੂੰ ਝੂਠਿਆਂ ਕਰ ਦੇਣ ਤਾਂ ਮੈਂ 600 ਹੁਣੀ ਦੇ ਕੇ ਉੱਠਾਂਗਾ ਤੁਹਾਨੂੰ ਇੱਥੇ। ਕਰੋ ਅਮਰ ਸਾਹਿਬ ਗੱਲ ਜੇ ਮੈਂ ਕੋਈ ਝੂਠ ਬੋਲਿਆ ਕੋਈ ਵਿੱਚ, ਕੋਈ ਗੱਲ ਠੀਕ। ਹੁਣ ਤੁਸੀਂ ਜ਼ਰਾ ਮਿਊਟ ਲਾ ਲਓ, ਮੈਂ ਤੁਹਾਡੀ ਗੱਲ ਪੂਰੀ ਸੁਣੀ। ਟੋਨੀ ਸਾਹਿਬ ਮੌਜੂਦ ਹੋ? ਮੌਜੂਦ ਆ ਜਨਾਬ। ਮੇਰੇ ਕੋਲ ਆ ਕੇ ਅਤੇ ਅਦੀਲ ਬਰਲਨ ਸਾਹਿਬ ਕਹਿੰਦੇ ਨੇ ਕਿ ਮੀਰ ਸਾਹਿਬ ਆਏ ਸੀ ਮੇਰੀ ਬਰਾੜ 'ਤੇ, ਮੀਰ ਸਾਹਿਬ ਨੇ ਮੁਝੇ ਕਿਹਾ ਥਾ ਕਿ ਅਗਰ ਹਮ ਹਵਾਲੇ ਨਾ ਪੇਸ਼ ਕਰ ਸਕੇ ਹਮ ਉਨਕੋ ਜ਼ਿਆਦਾ ਦੇਂਗੇ ਉਨਸੇ, ਉਹਨੇ 500 ਕਾ ਕਹਾ ਹੈ ਹਮ ਉਨਸੇ ਜ਼ਿਆਦਾ ਦੇਂਗੇ। ਮੈਂ ਉਹਨਾਂ ਨੂੰ ਨਾ ਖੋਤਰਨਾ ਸ਼ੁਰੂ ਕਰਤਾ, ਮੈਂ ਆਖਿਆ ਜ਼ਿਆਦਾ ਤੋਂ ਕੀ ਮਤਲਬ ਹੈ? ਉਹਨਾਂ ਆਖਿਆ ਜ਼ਿਆਦਾ ਜਿੰਨੇ ਤੁਸੀਂ ਆਖੇ ਨੇ ਨਾ ਉਹਦੇ ਤੋਂ ਜ਼ਿਆਦਾ। ਮੈਂ ਕਿਹਾ ਮੈਂ ਉਹਨਾਂ ਨੂੰ 500 ਕਿਹਾ, ਉਹਨਾਂ ਆਖਿਆ ਫਿਰ 100 ਉੱਤੇ ਹੀ ਸਮਝੋ ਤੁਸੀਂ, 100 ਜ਼ਿਆਦਾ ਸਮਝੋ। ਫਿਰ ਮੈਂ ਨਖੇੜ ਕੇ ਤੀਜੀ ਵਾਰੀ ਚੌਥੀ ਵਾਰੀ ਪੁੱਛਿਆ, ਮੈਂ ਕਿਹਾ ਦੀਲ ਸਾਹਿਬ ਮੈਂ ਉਹਨਾਂ ਨੂੰ 500 ਆਖਿਆ ਅਤੇ ਤੁਸੀਂ 600 ਮੈਨੂੰ ਦਿਓਗੇ ਜੇ ਹਵਾਲਾ ਨਾ ਪੇਸ਼ ਕਰ ਸਕੇ? ਉਹਨਾਂ ਆਖਿਆ ਹਾਂ, ਉਹਨਾਂ ਹਵਾਲੇ ਤਾਂ ਮੈਨੂੰ ਭੇਜ ਹੀ ਦਿੱਤੇ ਨੇ, ਹਵਾਲੇ ਤਾਂ ਉਹਨਾਂ ਆਲਰੇਡੀ ਮੈਨੂੰ ਭੇਜ ਦਿੱਤੇ ਨੇ, ਅਸੀਂ 600 ਦੇਵਾਂਗੇ ਅਗਰ ਨਾ ਹਵਾਲੇ ਪੇਸ਼ ਕੀਤੇ। ਹੁਣ ਉਹਦੇ ਬਾਅਦ ਮੈਨੂੰ ਮੀਰ ਸਾਹਿਬ ਕਹਿੰਦੇ ਨੇ ਫੋਨ 'ਤੇ ਵੀ ਮੈਂ ਤਾਂ ਉਹਨੂੰ ਨਹੀਂ ਇਹ ਗੱਲ ਆਖੀ ਹੈ। ਮੈਂ ਆਖਿਆ ਹੁਣ ਮੈਂ ਤੁਹਾਡੀ ਗੱਲ 'ਤੇ ਇਤਬਾਰ ਕਰ ਲਵਾਂ, ਹੈ ਤੂੰ ਕਰਨਾ ਤਾਂ ਕਰ, ਨਹੀਂ ਕਰਨਾ ਤਾਂ ਨਾ ਕਰ। ਮੈਂ ਆਖਿਆ ਮੀਰ ਸਾਹਿਬ ਮੈਨੂੰ ਕਿਸ ਤਰ੍ਹਾਂ ਇਤਬਾਰ ਆਵੇ ਕਿ ਤੁਸੀਂ ਸਹੀ ਕਹਿ ਰਹੇ ਹੋ ਅਤੇ ਉਹ ਗਲਤ ਕਹਿ ਰਹੇ ਆ, ਪਹਿਲੀ ਗੱਲ। ਲੇਕਿਨ ਅਗਰ ਤੁਸੀਂ ਮੈਨੂੰ ਕੋਈ ਸਹੁੰ ਕਸਮ ਦੇ ਵੀ ਦੇਵੋ ਮੈਂ ਉਹਨੂੰ ਫੜ ਲਵਾਂਗਾ, ਤੁਹਾਨੂੰ ਛੱਡ ਦਾਂਗਾ, ਲੇਕਿਨ ਮੇਰੀ ਨਜ਼ਰ 'ਚ ਤਾਂ ਤੁਹਾਡੇ ਦਹੁੰ 'ਚੋਂ ਕਿਸੇ ਨਾ ਕਿਸੇ ਬੰਦੇ ਕੋਲ ਮੇਰਾ 600 ਰੁਪਈਆ ਪਿਆ ਹੈ। ਹੁਣ ਉਹ 600 ਤੁਸੀਂ ਆ ਕੇ ਮੁੱਕਰ ਗਏ ਹੋ ਜਾਂ ਤੁਸੀਂ ਨਹੀਂ ਆਖਿਆ ਅਤੇ ਦੀਲ ਨੇ ਆ ਕੇ ਝੂਠ ਬੋਲ ਦਿੱਤਾ, ਮੈਨੂੰ ਨਹੀਂ ਪਤਾ।
ਲੇਕਿਨ ਜੇ ਤੁਸੀਂ ਆਖੋ ਨਾ ਮੇਰਾ ਇਸ ਗੱਲ ਨਾਲ ਤੱਲਕ ਕੋ ਨਹੀਂ, ਅੱਲਾ ਅੱਲਾ ਖੈਰ ਸੱਲਾ, ਇੰਝ ਆਖਿਆ ਮੇਰਾ 600 ਹੁਣ ਮਰਦਾ ਹੈ, ਮੈਨੂੰ ਇੱਕ ਬੰਦਾ ਵਾਅਦਾ ਕਰਕੇ ਗਿਆ ਕਿ ਅਸੀਂ ਹਵਾਲਾ ਨਾ ਦਿੱਤਾ ਸੀ 600 ਦੇਵਾਂਗੇ, ਉਹ ਤੁਹਾਡੇ ਦਹੂੰ ਦੇ ਦਰਮਿਆਨ ਗੱਲ ਹੈ ਕਿ ਤੁਹਾਡੇ ਦਹੂੰ 'ਚੋਂ ਗਲਤੀ ਕਿਹਦੀ ਹੈ, ਤੁਸਾਂ ਨਹੀਂ ਆਖਿਆ ਜਾਂ ਉਹਨੇ ਕੋਲੋਂ ਆਖਿਆ, ਤੁਸੀਂ ਚੈੱਕ ਕਰ ਲਓ, ਮੈਨੂੰ ਦੱਸੋ ਮੇਰਾ 600 ਕਿੰਨੇ ਦੇਣਾ ਦੀ ਆਪਣੋ ਮੀਰ ਸਾਹਿਬ ਅੱਗੂ ਪਲਾਂ 'ਤੇ ਪਾਣੀ ਨਹੀਂ ਸੀ ਪੈਣ, ਤੂੰ ਉਹਦੇ ਨਾਲ ਗੱਲ ਕਰ, ਤੂੰ ਉਹਦੇ ਨਾਲ ਗੱਲ ਕਰ, ਮੈਨੂੰ ਕਾਹਨੂੰ ਸੁਣਾਉਣਾ, ਤੂੰ ਉਹਦੇ ਨਾਲ ਗੱਲ ਕਰ, ਮੈਂ ਆਖਿਆ ਵੀ ਮੈਂ ਉਹਦੇ ਨਾਲ ਗੱਲ ਕਰਾਂ, ਉਹ ਤੁਹਾਡਾ ਨਾਂ ਲੈ ਕੇ ਤੁਹਾਨੂੰ ਮੈਨੂੰ ਕਹਿ ਗਿਆ 600 ਯੂਰੋ ਦਾ, ਮੈਂ ਤੁਹਾਨੂੰ ਨਹੀਂ ਕਿਹਾ, ਅਤੇ ਮੈਂ ਕਿਹਾ ਤੁਸੀਂ ਆਪਸ ਤੈਅ ਕਰ ਲਓ ਨਾ, ਤੁਸੀਂ ਨਹੀਂ ਕਿਹਾ ਜਾਂ ਕਿਹਾ, ਇਹ ਤਾਂ ਤੁਹਾਡਾ ਆਪਸ ਦਾ ਮਾਮਲਾ, ਤੁਸੀਂ ਇੱਕ ਜਮਾਤ ਦੇ ਬੰਦੇ ਹੋ ਅਤੇ ਮੇਰੀ ਨਜ਼ਰ ਤੁਸੀਂ ਇੱਕ ਮੁਨਜ਼ਮ ਗਰੋਹ ਹੋ, ਅਤੇ ਤੁਸੀਂ ਤਾਂ ਉਹ ਤੁਹਾਡਾ ਸੁਨੇਹਾ ਆ ਕੇ ਦੇ ਜਾਈਏ, ਤੁਸੀਂ ਉਹਦਾ ਸੁਨੇਹਾ ਦੇ ਜਾਓ, ਮੇਰੀ ਨਜ਼ਰ 'ਤੇ ਇੱਕੋ ਹੀ ਗੱਲ ਹੈ, ਇਹ ਜੇ ਪੂਰੀ ਕਹਾਣੀ ਹੁਣ ਤੁਸੀਂ ਦੱਸੋਗੇ ਤਾਂ ਉਹਨਾਂ ਨੇ ਅੱਗੋਂ ਕੀ ਆਖਿਆ, ਇਹਨਾਂ ਨੇ ਜਦੋਂ ਕਿਹਾ ਕਿ ਤੁਸੀਂ ਮੁਨਜ਼ਮ ਗਰੁੱਪ ਹੋ, ਤੁਸੀਂ ਤੁਹਾਡੀ ਗੱਲ ਅਤੇ ਦੂਜੇ ਦੀ ਗੱਲ ਇੱਕ ਹੀ ਹੈ, ਪਹਿਲਾਂ ਤਾਂ ਸੁਣਨਾ ਮੇਰੀ ਗੱਲ, ਉਹਨਾਂ ਨੇ ਆਖਿਆ ਕਿ ਜਿਹੜਾ ਵੀ ਗੱਲ ਕਰੇਗਾ ਉਹ ਆਪਣੀ ਗੱਲ ਦਾ ਆਪ ਜ਼ਿੰਮੇਦਾਰ ਹੈਗਾ ਵੇ। ਹੁਣ ਆਮ ਮੈਂ ਤੁਹਾਨੂੰ ਮਿਸਾਲ ਇਹ ਦੇ ਦਿੰਦਾ ਵਾਂ ਕਿ ਇਹਦੇ ਇਹ ਕਹਿੰਦੇ ਨੇ ਕਿ ਉਹ ਕਹਿੰਦੇ ਨਾ ਚੋਰ ਸੁਸਤ ਅਤੇ ਗਵਾਹ, ਪਤਾ ਨਹੀਂ ਕੀ ਐਂਡ ਦੀ ਕੋਈ ਮਿਸਾਲ ਹੈ, ਕੀ ਕਹਿੰਦੇ ਨੇ ਉਹਨੂੰ, ਮਦਾਈ ਸੁਸਤ ਮਦਾਈ ਸੁਸਤ ਗਵਾਹ ਚੁਸਤ ਵਾਲਾ ਹਿਸਾਬ ਹੋਇਆ ਹੋਇਆ ਕਿ ਜਿਹੜੇ ਬੰਦੇ ਨੇ ਗੱਲ ਕੀਤੀ ਅਧੀਨ ਨਾਲ, ਉਹ ਬੰਦਾ ਇਹਨਾਂ ਦੀ ਲਾਈਵ ਦੇ ਆ ਕੇ ਸਾਰਿਆਂ ਸਾਹਮਣੇ ਕਹਿਣ ਡਿਆ ਕਿ ਮੈਂ ਇੰਝ ਦੀ ਕੋਈ ਗੱਲ ਨਹੀਂ ਕੀਤੀ, ਤਾਂ ਫਿਰ ਵੀ ਇਹ ਡਿਠਾਈ ਰੱਖਣ ਕਿ ਜੀ ਨਹੀਂ ਜੀ ਸਾਨੂੰ 600 ਦੇ ਜਿੱਦਾਂ ਵੀ, ਠੀਕ ਹੈ ਹੁਣ ਤੁਹਾਡੀ ਗੱਲ ਆ ਗਈ, ਹੁਣ ਜ਼ਰਾ ਇੱਕ ਮਿੰਟ ਟੋਨੀ ਸਾਹਿਬ ਨੂੰ ਪੁੱਛਣਾ, ਟੋਨੀ ਸਾਹਿਬ ਨੂੰ ਪੁੱਛਣੇ, ਟੋਨੀ ਸਾਹਿਬ ਨੂੰ ਗੱਲ ਬਣਦੀ ਕਿ ਨਹੀਂ ਬਣਦੀ। ਅੱਛਾ ਮਲ ਇਹ ਜਿਹੜੀ ਚੱਲ ਰਿਹਾ, ਚੰਗੇਜ਼ ਖਾਨ ਸਾਹਿਬ ਨੇ ਗੱਲ ਕੀਤੀ ਅਮਰ ਨਜ਼ੀਰ ਸਾਹਿਬ ਨਾਲ, ਤੁਸੀਂ ਬਾਲ ਮੇਰੇ 'ਤੇ, ਮੈਂ ਹੁਣ ਇੱਕ ਕੋਸ਼ਿਸ਼ ਕਰ ਰਿਹਾ ਕਿ ਮਲਿਕ ਕੈਸਰ ਸਾਹਿਬ ਨੂੰ ਪੁੱਛੇ, ਜਾਗਦੇ ਪਏ ਹੋ ਮਲਿਕ ਕੈਸਰ ਸਾਹਿਬ? ਕਹਿਣਾ ਜੀ ਮੈਂ ਤਾਂ ਹਰ ਵਕਤ ਤੁਹਾਡੇ ਕੋਲ। ਅੱਛਾ ਹੁਣ ਮਲਿਕ ਕੈਸਰ ਸਾਹਿਬ, ਗੱਲ ਹੈ ਵੇ ਕਿ ਜਿਸ ਤਰ੍ਹਾਂ ਮਿਰਜ਼ਾ ਸਾਹਿਬ ਦੇ ਦਾਅਵਿਆਂ ਦੀ ਜਦੋਂ ਗੱਲ ਹੋਵੇ ਕਿ ਇਹ ਦਾਅਵਾ ਕੀਤਾ ਕਿ ਨਹੀਂ ਕੀਤਾ, ਉਹਦਾ ਤਾਈਨ ਨਾ ਤਾਂ ਮੁਸਲਿਮ ਕਰ ਸਕਦੀ, ਨਾ ਬੁਖਾਰੀ ਕਰ ਸਕਦੀ, ਨਾ ਕੁਰਾਨ, ਨਾ ਤੁਰਾਤ, ਜ਼ਬੂਰ, ਅੰਜੀਲ, ਨਾ ਉਹਨਾਂ ਦੇ ਪੁੱਤਰ, ਦਾਦੇ, ਨਵਾਸੇ, ਪੋਤੇ, ਜਾਂ ਕੋਈ ਉਹਨਾਂ ਦਾ ਅਕੀਦਤਮੰਦ ਜਾਂ ਉਹਨਾਂ ਦਾ ਦੁਸ਼ਮਣ ਰੱਖਣਾ। ਅਗਰ ਉਹਨਾਂ ਦਾ ਇਹ ਮਕਸਦ ਇਹ ਹੋਵੇ ਕਿ ਤੁਸੀਂ ਅਤੇ ਮੈਂ ਜਿਹੜੇ ਦੇਖਣਾ ਹੈ ਕਿ ਮਿਰਜ਼ਾ ਸਾਹਿਬ ਦੇ ਦਾਅਵੇ ਕੀ ਨੂੰ, ਉਹਨਾਂ ਨੂੰ ਉਹਨਾਂ ਦੀ ਤਹਿਰੀਰਾਤ ਦੀ ਰੋਸ਼ਨੀ ਦੇ 'ਚ ਹੀ ਦੇਖਿਆ ਜਾ ਸਕਦਾ ਹੈ ਨਾ, ਇੱਕ ਅਸੂਲੀ ਗੱਲ ਬਿਲਕੁਲ ਇਸੇ ਤਰ੍ਹਾਂ ਹੀ ਹੈ ਨਾ, ਨਾ ਤਾਂ ਕੋਈ ਉਹਨਾਂ ਦੇ ਮੁਖਾਲਫਾਂ ਦਾ ਉਹਨਾਂ ਦੇ ਉੱਤੇ ਬੋਤਾਨਬਾਜ਼ੀ ਹੋਵੇ, ਜਾਂ ਅਕੀਦਤ ਦੀ ਵਜ੍ਹਾ ਤੋਂ ਉਹਨਾਂ ਨੂੰ ਕੁਝ ਹੋਰ ਵਧਾ ਚੜਾ ਕੇ ਪੇਸ਼ ਕੀਤਾ ਜਾਏ, ਉਹਦੇ 'ਚ ਤਾਂ ਮਿਰਜ਼ਾ ਸਾਹਿਬ ਦਾ ਕੋਈ ਕਸੂਰ ਨਹੀਂ ਹੋਏਗਾ। ਅੱਛਾ ਹੁਣ ਇਸ ਚੀਜ਼ ਨੂੰ ਮੈਂ ਕਿਉਂ ਤੁਹਾਡੇ ਅੱਗੇ ਪੇਸ਼ ਕਰ ਰਿਹਾ, ਇਸੇ ਤਰ੍ਹਾਂ ਹੀ ਅਗਰ ਮੀਰ ਲਤੀਫ ਸਾਹਿਬ ਔਰ ਅਮਰ ਨਜ਼ੀਰ ਸਾਹਿਬ ਦੇ ਦਰਮਿਆਨ ਕੋਈ ਮੁਆਇਦਾ ਹੋਇਆ, ਰਾਈਟ, ਔਰ ਦੋਨੋਂ ਮੌਜੂਦ ਨੇ, ਇਹਦਾ ਬਿਹਤਰੀਨ ਹੱਲ ਜਿਹੜਾ ਨਿਕਲ ਸਕਦਾ ਲੌਜੀਕਲੀ, ਉਹ ਮੀਰ ਲਤੀਫ ਸਾਹਿਬ ਦਾ ਬਿਆਨ ਹੈ ਜਾਂ ਅਦੀਲ ਬਰਲਨ ਦਾ ਬਿਆਨ ਹੈ, ਕਿਹਦੀ ਜ਼ਿਆਦਾ ਜਿਹੜਾ ਨਾ ਉਹ ਮੇਕ ਸੈਂਸ ਕਰੇਗਾ ਲੌਜੀਕਲ ਔਰ ਅਥੈਂਟਿਕ, ਕਿਹਦੀ ਗੱਲ ਮੰਨੀ ਜਾਏਗੀ ਅਸੂਲੀ ਤੌਰ 'ਤੇ ਮੀਰ ਲਤੀਫ ਸਾਹਿਬ ਦੀ? ਅਸਲ ਵਿੱਚ ਗੱਲ ਪਤਾ ਕੀ ਹੈ, ਮੈਂ ਤੁਹਾਨੂੰ ਦੱਸਦਾ ਵਾਂ, ਮੈਂ ਤੁਹਾਨੂੰ ਦੱਸਦਾ ਵਾਂ ਨਾ, ਦੇਖੋ ਜਿਸ ਟਾਈਮ ਚੈਲੇਂਜ ਹੋਇਆ ਨਾ, ਔਰ ਚੈਲੇਂਜ ਉਹਨਾਂ ਨੇ ਐਕਸੈਪਟ ਕਰ ਲਿਆ, ਚੈਲੇਂਜ ਹੋਇਆ ਸੀ, ਆਮਿਰ ਬਾਈ ਨੇ ਇੱਕ ਵੀਡੀਓ ਬਣਾਈ ਤੇ ਉਹਨਾਂ ਨੇ ਚੈਲੇਂਜ ਐਕਸੈਪਟ ਕਰ ਲਿਆ, ਠੀਕ ਹੈ, ਮੀਰ ਲਤੀਫ ਸਾਹਿਬ ਨੇ, ਹਾਂਜੀ। ਹੁਣ ਉਸ ਤੋਂ ਬਾਅਦ ਹੋਣਾ ਕੇਸ ਸੀ, ਇੱਕ ਮਿੰਟ ਰੁਕ ਜਾਣਾ, ਮਲਿਕ ਕੈਸਰ ਸਾਹਿਬ ਇੱਕ ਸੈਕਿੰਡ, ਮੈਨੂੰ ਗੱਲ ਪੂਰੀ ਫਰੇਮ ਕਰ ਲੈਣ ਦਿਓ। $500 ਦਾ ਚੈਲੇਂਜ ਉਹਨਾਂ ਨੇ ਐਕਸੈਪਟ ਕਰ ਲਿਆ,
ਹੁਣ ਆਮੀ ਨਜ਼ੀਰ ਸਾਹਿਬ ਨੇ ਕੀ ਕਰਨਾ ਸੀ ਕਿ ਅੱਗੇ ਵੱਧ ਕੇ ਕਹਿਣਾ ਸੀ ਕਿ ਜੇ ਤੁਸੀਂ ਪੇਸ਼ ਨਾ ਕਰ ਸਕੇ ਤਾਂ 500 ਤੁਸੀਂ ਦਿਓਗੇ। ਇਸ ਦੀ ਨੌਬਤ ਆਉਣ ਤੋਂ ਪਹਿਲੇ ਇੱਕ ਬੰਦੇ ਨੇ ਆ ਕੇ ਵਿੱਚ ਕਹਿ ਦਿੱਤਾ ਜੀ ਮੇਰੀ ਉਹਨਾਂ ਨਾਲ ਗੱਲ ਹੋ ਗਈ ਹੈ, 500 ਕੇ ਅਸੀਂ 600 ਦਿਆਂਗੇ। ਮੇਰੀ ਗੱਲ ਹੋ ਗਈ ਹੈ, ਮੇਰੀ ਬਰਾਡ ਦੇ ਉੱਤੇ ਗੱਲ ਹੋਈ ਹੈ, ਮੇਰੀ ਗੱਲ ਹੋ ਗਈ ਹੈ, ਹੁਣ ਅਸੀਂ 600 ਦਿਆਂਗੇ। ਤੇ ਆਮੀ